ਰੋਗੰਤੇ ਅਰਸੋ ਗੰਤੇ ਜਲ ਜੋਗੰਤੇ ਬਹੁ ਭਾਂਤ ਬਚਾਵੇ ਸਤਰ ਅਨੇਕ ਚਲਾਵਤ ਕਾਵ ਤਉ ਤਨ ਏਕ ਨਾ ਲਾਗਨ ਪਾਵੇ ਰਖਤ ਹੈ ਆਪਣੋ ਕਰਦ ਕਰ ਪਾਪ ਸੰਭੂ ਨ ਭੇਟਨ ਪਾਵੇ और की बात कहाँ कहते सो सुपेट ही के पट बीच बच परम सत्कार जो गुरु रूप गुरु प्यारी सत्संग जियो धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਓਟ ਦੇ ਵਿੱਚ ਆਪਾਂ ਜੁੜੇ ਬੈਠੇ ਹਾਂ ਜੋ ਅੱਜ ਦਾ ਸੁਪਿੱਤਰ ਦਿਹਾੜਾ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਹੈ। ਤਿੰਨਾਂ ਦੀ ਯਾਦ ਦੇ ਵਿੱਚ ਨਾਮ ਸੱਚ ਦੀ ਉਸਤਤ ਕਰਨ ਦੇ ਲਈ ਜੋ ਵਡਪਾਗਾ ਸਮਾ ਬਣਿਆ ਹੈ ਐਸੇ ਵਡਪਾਗੇ ਸਮੇਂ ਦਾ ਲਾਹਾ ਲੈਣ ਤੋਂ ਪਹਿਲਾਂ ਆਓ ਸਾਰੇ ਰਲ ਮਿਲ ਕੇ ਸਤਿਗੁਰਾਂ ਪਾਸੋਂ ਬਖਸ਼ੀ ਹੋਈ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ ਦਿਨਾਂ ਦੇ ਵਿੱਚ ਸਿੱਖ ਖਾਲਸਾ ਪੰਥ ਦੀਆਂ ਜੜ੍ਹਾਂ ਦੇ ਵਿੱਚ ਜੋ ਸ਼ਹੀਦੀ ਕਤਰੇ ਬੀਜ ਦੇ ਰੂਪ ਵਿੱਚ ਪਏ ਪਿਛਲੇ ਦਿਨਾਂ ਦੇ ਵਿੱਚ ਆਪਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਸ਼ਹੀਦੀ ਦਿਹਾੜੇ ਉਹਨਾਂ ਦੀ ਯਾਦਗਰੀ ਦੇ ਵਿੱਚ ਕਰੀਬਨ ਹਫ਼ਤੇ ਤੋਂ ਆਪਾਂ ਮਨਾ ਰਹੇ ਹਾਂ ਜੋ ਭਾਈ ਸਾਹਿਬ ਜੀ ਵੀ ਬਚਨ ਕਰ ਰਹੇ ਸੀ ਕਿ ਜਿੰਨੀ ਦੇਰ ਤੱਕ ਬੰਦਗੀ ਵਾਲੇ ਗੁਰਮੁਖ ਸੰਸਾਰ ਦੇ ਵਿੱਚ ਆਣ ਕੇ ਆਪਾ ਨਹੀਂ ਵਾਰਦੇ ਆਪ ਦਾ ਤਨ ਮਨ ਅਤੇ ਧਨ ਜਿਹੜਾ ਹੈ ਉਹ ਸਮਰਪਣ ਨਹੀਂ ਕਰਦੇ ਉਨੀ ਦੇਰ ਤੱਕ ਕਿਸੇ ਵੀ ਕੌਮ ਅਤੇ ਧਰਮ ਦੀ ਜਿਹੜੀ ਹੈ ਜੜ ਨਹੀਂ ਲੱਗਦੀ ਸਾਹਿਬ ਜਿਹੜੇ ਆਪਾਂ ਜਦੋਂ ਉਹਨਾਂ ਦੇ ਬਚਨ ਪੜ੍ਹਦੇ ਆਂ ਦੇਖੋ ਜਿਹੜਾ ਆਗਿਆਕਾਰੀ ਬੱਚਾ ਹੁੰਦਾ ਹੈ ਪਿਤਾ ਉਸ ਨੂੰ ਆਪਦੀ ਗੋਦ ਦੇ ਵਿੱਚ ਬਿਠਾ ਕੇ ਖੜਾਉਂਦਾ ਹੈ ਆਗਿਆਕਾਰੀ ਸਿਆਣੇ ਬੱਚਿਆਂ ਨੂੰ ਹਰ ਕੋਈ ਗੋਦ ਦੇ ਵਿੱਚ ਬਿਠਾ ਲੈਂਦਾ ਹੈ ਪਰ ਕਦੇ ਦੇਖਿਆ ਹੈ ਕਿ ਜਿਹੜਾ ਬੱਚਾ ਹੁਕਮ ਤੋਂ ਆਕੀ ਹੋਵੇ ਨਲੈਕ ਹੋਵੇ ਕਹਿਣੇ ਵਿੱਚ ਨਾ ਚੱਲਦਾ ਹੋਵੇ ਉਸ ਨੂੰ ਵੀ ਗੋਦ ਦੇ ਵਿੱਚ ਬਿਠਾ ਕੇ ਲਾੜ ਲੜਾਏ ਜਾਣ ਤੇ ਜੇ ਨਹੀਂ ਦੇਖਿਆ ਤੇ ਉਸ ਦਾ ਸਪਸ਼ਟ ਉਦਾਹਰਨ ਅੱਜ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਆਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੇ ਰੂਪ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਆਪ ਦੇ ਜਪ ਤਪ ਦੇ ਬਲ ਦੇ ਨਾਲ ਸਾਡੇ ਲਈ ਬਲਦਾਨ ਦਿੱਤਾ ਪੂਰੇ ਦੇ ਪੂਰੇ ਆਪ ਦੇ ਪਰਿਵਾਰ ਨੂੰ ਸਰਬੰਸ ਨੂੰ ਪਿਤਾ ਨੂੰ ਮਾਤਾ ਨੂੰ ਸਾਡੀ ਸੁਖੀ ਜੀਵਨ ਦੇ ਲਈ ਉਹਨਾਂ ਨੇ ਵਾਰਿਆ ਅਤੇ ਸ਼ਬਦ ਅਤੇ ਬਾਣੀ ਦਾ ਹੁਕਮ ਦਿੱਤਾ ਪਿ ਜੋ ਇਨਾ ਵੱਡਾ ਬਲਦਾਨ ਅਸੀਂ ਤੁਹਾਡੇ ਲਈ ਦੇ ਕੇ ਚੱਲੇ ਹਾਂ ਤੁਸੀਂ ਸ਼ਸਤਰ ਵਿੱਦਿਆ ਗੁਰਮਤ ਦੀ ਗੁਰਬਾਣੀ ਵਿੱਦਿਆ ਬ੍ਰਹਮ ਵਿੱਦਿਆ ਅਤੇ ਸ਼ਬਦ ਗੁਰਮੰਤਰ ਨੂੰ ਵਿਸਾਰਨਾ ਨਹੀਂ ਹੋਣ ਅੱਗੇ ਤੋਂ ਇਹ ਸਭ ਉਹਨਾਂ ਨੇ ਸਾਡੇ ਲਈ ਕੀਤਾ ਪਰ ਅੱਜ ਆਪਾਂ ਦੇਖੋ ਕਿੰਨਾ ਕੁ ਉਹ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਵਿੱਚ ਚੱਲ ਰਹੇ ਆ ਨਾ ਹੁਕਮ ਦੇ ਵਿੱਚ ਚੱਲਦੇ ਹੋਏ ਵੀ ਨਾ ਸ਼ੁਕਰੇ ਹੁੰਦੇ ਹੋਏ ਵੀ ਸੱਚੇ ਪਾਤਸ਼ਾਹ ਜੀ ਫਿਰ ਵੀ ਸਾਨੂੰ ਸਵਾਸਾਂ ਦਾ ਤਨ ਦੇ ਕੇ ਜਿੰਦਾ ਰੱਖ ਰਿਹਾ ਏ ਸਾਨੂੰ ਜਮੀਨਾਂ ਜੈ ਦਾਤਾਂ ਦੇ ਸੁੱਖ ਬਖਸ਼ੇ ਹੋਏ ਨੇ ਘਰ ਗ੍ਰਾਮ ਬੱਚਿਆਂ ਦੇ ਪਤਾ ਨਹੀਂ ਕਿੰਨੇ-ਕਿੰਨੇ ਅਸੀਂ ਸੁੱਖਾਂ ਦਾ ਆਨੰਦ ਮਾਣ ਕੇ ਫਿਰ ਵੀ ਨਾ ਸ਼ੁਕਰੇ ਆ ਐਨਾ ਵੱਡਾ ਗੁਰੂ ਸਮਰੱਥ ਹੈ ਜੋ ਨਾ ਸ਼ੁਕਰਿਆਂ ਨੂੰ ਵੀ ਗੋਦੀ ਦੇ ਵਿੱਚ ਖੜਾਉਂਦਾ ਹੈ ਸੋ ਜੋ ਇਹ ਪਵਿੱਤਰ ਦਿਹਾੜੇ ਸਤਗੁਰਾਂ ਜੀ ਨੇ ਬਖਸ਼ਿਸ਼ ਕੀਤੇ ਨੇ ਗੁਰੂ ਪੰਥ ਨੇ ਬਖਸ਼ਿਸ਼ ਕੀਤੇ ਨੇ ਇਹ ਇਸੇ ਕਰਕੇ ਐ ਜੋ ਉਹਨਾਂ ਨੇ ਸਾਡੇ ਦੇ ਲਈ ਬਲਦਾਨ ਦਿੱਤੇ ਸਾਡੇ ਲਈ ਉਹਨਾਂ ਨੇ ਬੜੇ ਵੱਡੇ ਵੱਡੇ ਜਨਮਾਂ ਜਨਮਾਂ ਤਰਾਂ ਦਾ ਕੀਤਾ ਹੋਇਆ ਜਪ ਤਪ ਦੁਨਿਆਵੀ ਤੌਰ ਤੇ ਜਿਹੜਾ ਪੈਸਾ ਹੁੰਦਾ ਹੈ ਧਨ ਹੁੰਦਾ ਹੈ ਬੇਸ਼ੱਕ ਆਪਾਂ ਜਾਣਦੇ ਹਾਂ ਵੀ ਬੜੀ ਮੁਸ਼ਕਲ ਦੇ ਨਾਲ ਕਮਾਇਆ ਜਾਂਦਾ ਹੈ ਪਰ ਜੋ ਤੁਹਾਡੇ ਵਿੱਚ ਗੁਰਮੁਖ ਬੈਠੇ ਐ ਬੰਦਗੀ ਕਰਨ ਵਾਲੇ ਉਹਨਾਂ ਨੂੰ ਇਹ ਗੱਲ ਬਖੂਬੀ ਪਤਾ ਹੈ ਦੁਨਿਆਵੀ ਧਨ ਫਿਰ ਵੀ ਕਿਤੇ ਨਾ ਕਿਤੇ ਮੁਸ਼ਕਲ ਦੇ ਨਾਲ ਕਮਾਈਏ ਸੰਸਾਰ ਦੇ ਵਿੱਚ ਕਿਤੇ ਮੰਗਤੇ ਬਣ ਕੇ ਚੱਲੇ ਜਾਈਏ ਠੱਗੀ ਚੋਰੀ ਦੇ ਨਾਲ ਇਹ ਧਨ ਮਿਲ ਜਾਂਦਾ ਹੈ ਮੰਗਿਆਂ ਵੀ ਮਿਲ ਜਾਂਦਾ ਹੈ ਮੰਗਤਿਆਂ ਦੇ ਰੂਪ ਵਿੱਚ ਮੰਗ ਲਈਏ ਧਨ ਮਿਲ ਜਾਂਦਾ ਹੈ ਠੱਗੀ ਚੋਰੀ ਕਰ ਲਈਏ ਧਨ ਮਿਲ ਜਾਂਦਾ ਹੈ ਮਿਹਨਤ ਦੀ ਕਰ ਲਈਏ ਧਨ ਮਿਲ ਜਾਂਦਾ ਪਰ ਜੋ ਭਗਤੀ ਦਾ ਧਨ ਹੈ ਇਹ ਮੰਗਿਆ ਨਹੀਂ ਮਿਲਦਾ ਜੇ ਆਪ ਜੀ ਸਾਰੀ ਸਾਧ ਸੰਗਤ ਬੈਠੇ ਹੋ ਆਪ ਜੀ ਕੋਈ ਵੀ ਉੱਠ ਕੇ ਇਹ ਕਹੋ ਕਿ ਸਾਨੂੰ ਕੋਈ 2-4 ਘੰਟਿਆਂ ਦੇ ਸਿਮਰਨ ਦਾ ਫਲ ਦੇ ਦਿਓ ਸਾਨੂੰ 1 ਸਾਲ ਦੀ ਭਗਤੀ ਦਾ ਫਲ ਦੇ ਦਿਓ ਤੇ ਨਾ ਕੋ ਦੇ ਸਕਦਾ ਨਾ ਕਿਸੇ ਨੂੰ ਮਿਲ ਸਕਦਾ ਇਹ ਜੋ ਭਗਤੀ ਦਾ ਫਲ ਹੈ ਇਹ ਇੱਕ ਇੱਕ ਸਵਾਸ ਜਿਹੜਾ ਹੈ ਸ਼ਬਦ ਗੁਰੂ ਦੇ ਵਿੱਚ ਧਿਆਨ ਧਰ ਕੇ ਜਦੋਂ ਜਮਾ ਕਰਵਾਈਏ ਫਿਰ ਇਹ ਭਗਤੀ ਦਾ ਧੰਨ ਬਣਦਾ ਹੈ ਜੋ ਗੁਰੂ ਸਾਹਿਬ ਜੀ ਨੇ ਸਾਨੂੰ ਗੁਰਮੰਤਰ ਦੀ ਤਾਕਤ ਬਖਸ਼ੀ ਹੈ ਗੁਰਬਾਣੀ ਬਖਸ਼ੀ ਹੈ ਜਦੋਂ ਅਭਿਆਸੀ ਜੀਵ ਪੂਰੀ ਦ੍ਰਿੜਤਾ ਦੇ ਨਾਲ ਉਸ ਸ਼ਬਦ ਵਿੱਚ ਧਿਆਨ ਧਰ ਕੇ ਜਾਪ ਕਰਦੇ ਹੈ ਪੂਰੀ ਦ੍ਰਿੜਤਾ ਦੇ ਨਾਲ ਉਸ ਗੁਰਮਤ ਵਿਚਾਰਾਂ ਨੂੰ ਵਿਚਾਰਦੇ ਹੈ ਜੋ ਫਿਰ ਉਹਨਾਂ ਨੇ ਸਾਨੂੰ ਅੰਤਰੀਵ ਦੀ ਯਾਤਰਾ ਦੱਸੀ ਹੈ ਜੋ ਅੰਤਰਗਤ ਸਾਡੇ ਸੂਖਮ ਖਜ਼ਾਨੇ ਦਾ ਸਤਿਗੁਰ ਜੀ ਦੀ ਜੋਤ ਦਾ ਭੇਤ ਦਿੱਤਾ ਹੈ ਜਦੋਂ ਅਭਿਆਸੀ ਜੀ ਪਤਾ ਨਹੀਂ ਕਿੰਨੀ ਕਿ ਦ੍ਰਿੜਤਾ ਦੇ ਨਾਲ ਅੰਤਰਗਤ ਬੈਠਦਾ ਹੈ ਉਹਦਾ ਇੱਕ ਇੱਕ ਸੁਬਾਸ ਜਮਾ ਹੁੰਦਾ ਹੈ ਪੂਰੇ ਜਨਮ ਦੇ ਵਿੱਚ ਬੜਾ ਬੜਾ ਭਰੇਜ ਰੱਖ ਕੇ ਬੈਰ ਬ੍ਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਤ੍ਰੋ ਇਹ ਸਾਰੇ ਵਿਕਾਰਾਂ ਤੋਂ ਬਚਦਾ ਬਚਾਉਂਦਾ ਬਚਦਾ ਬਚਾਉਂਦਾ ਇੱਕ ਇੱਕ ਸਵਾਸ ਜੋੜਦੇ ਸਾਡਾ ਜਾ ਕੇ ਕਿਤੇ ਭਗਤੀ ਦਾ ਧੰਨ ਜੁੜਦਾ ਹੈ ਫਿਰ ਇਸੇ ਤਰ੍ਹਾਂ ਅਗਲੇ ਜਨਮ ਵਿੱਚ ਤੀਸਰੇ ਜਨਮ ਚੌਥੇ ਵਿੱਚ ਬڑے ਜਨਮਾਂ ਦੀ بڑے ਯੁਗਾਂ ਦੀ ਭਗਤੀ ਜਦੋਂ ਉਕਤਰ ਹੋ ਜਾਂਦੀ ਹੈ ਫਿਰ ਕਿਤੇ ਜਾ ਕੇ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਪਾਸੋਂ ਉਸ ਵੱਡ ਭਾਗੀ ਰੂਹ ਨੂੰ ਅਵਤਾਰੀ ਪੀਰ ਪਗੰਬਰ ਥਾਪਿਆ ਜਾਂਦਾ ਹੈ ਜਿਸ ਨੇ ਪਿਛਲੇ 4 ਯੁਗਾਂ ਦੇ ਵਿੱਚ ਕਿਉਂਕਿ 4 ਯੁਗਾਂ ਦੀ ਚੌਂਕੜੀ ਦੀ ਖੇਲ ਚੱਲਦੀ ਹੈ ਪਹਿਲਾ ਸਤਜੁਗ ਹੈ ਦੂਸਰਾ ਦਵਪਰ ਤੀਸਰਾ ਤ੍ਰੇਤਾ ਚੌਥਾ ਕਾਲ ਯੁਗ ਚੱਲ ਪਿਆ ਚਾਰ ਜੁਗਾਂ ਦੇ ਵਿੱਚ ਜਿਸ ਨੇ ਵੱਧ ਤੋਂ ਵੱਧ ਮਾਨਸ ਜਾਮੇ ਲਏ ਹੁਣ ਹਰ ਮਾਨਸ ਜਾਮੇ ਦੇ ਵਿੱਚ ਉਸ ਨੇ ਇੱਕ ਇੱਕ ਸਵਾਸ ਜੋੜ ਕੇ ਭਗਤੀ ਕੀਤੀ ਹੋਵੇ ਐਸੇ ਵਡਭਾਗੇ ਗੁਰਮਖ ਨੂੰ ਫਿਰ ਸਤਗੁਰ ਵਜੋਂ ਗੁਰੂ ਵਜੋਂ ਸੰਤ ਵਜੋਂ ਸਾਧੂ ਵਜੋਂ ਨਵਾਜਿਆ ਜਾਂਦਾ ਹੈ ਕਿੰਨੇ ਹੋਂਦੇ ਜਨਮਾਂ ਦਾ ਤਪ ਜੁੜਦਾ ਫਿਰ ਉਹ ਕਿਤੇ ਆ ਕੇ ਇਸ ਸੰਸਾਰ ਦੇ ਵਿੱਚ ਉਪਦੇਸ਼ ਕਰਨ ਜੋਗਾ ਹੁੰਦਾ ਹੈ ਹੁਣ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਇਸ ਤਰਤੀ ਦੇ ਵਿੱਚ ਤਰਤੀ ਉੱਪਰ ਆਉਂਦੇ ਐ ਆਪਾਂ ਦੇਖਦੇ ਆ ਸਾਰੇ ਪਾਸੇ ਇਸਲਾਮ ਦਾ ਰਾਜ ਸੀ ਮੁਸਲਮਾਨ ਅਤੇ ਹਿੰਦੂਆਂ ਦੀ ਆਪਸੀ ਲੜਾਈ ਫੁੱਟ ਚਾਹੇ ਸਟੇਟ ਗਵਰਨਮੈਂਟ ਹੈ ਚਾਹੇ ਸੈਂਟਰ ਗਵਰਨਮੈਂਟ ਹੈ ਸਭ ਖਿਲਾਫੀਅਤ ਵਿੱਚ ਪਰ ਫਿਰ ਵੀ ਉਹਨਾਂ ਨੇ ਨਾਮ ਸੱਚ ਦਾ ਡੰਕਾ ਵਜਾਇਆ ਕਿਵੇਂ ਵਜਾਇਆ ਉਹ ਤਰੋਂ ਸਤਗੁਰ ਦੇ ਰੂਪ ਦੇ ਵਿੱਚ ਨਵਾਜੇ ਹੋਏ ਆਏ ਸੀ ਉਹ ਇੱਕ ਐਸੀ ਗੁਰਮਖ ਰੂਹ ਸੀ ਜਿੰਦੇ ਬਾਰੇ ਤੁਸੀਂ ਜਪਜੀ ਸਾਹਿਬ ਜੀ ਦੇ ਵਿੱਚ ਪੜ੍ਹਦੇ ਹੋ ਤਿਥੈ ਜੋਦ ਮਹਾਬਲ ਸੂਰ ਤਿਨਮੈ ਰਾਮ ਰਹਿਆ ਪਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠਾਗੇ ਜਾਏ ਜਿਨ ਕੇ ਰਾਮ ਵਸੇ ਮਨ ਮੈਂ ਉਹ ਸਚਖੰਡ ਦੇ ਵਿੱਚੋਂ ਨਵਾਜੇ ਹੋਏ ਸਤਗੁਰ ਦੇ ਸਰੂਪ ਦੇ ਪਤਾ ਨਹੀਂ ਕਿੰਨੇ ਕ ਜਨਮਾਂ ਦਾ ਤਪ ਉਹਨਾਂ ਦਾ ਇਕੱਠਾ ਹੋਇਆ ਹੋਇਆ ਸੀ ਜਿਨ ਕੋ ਸਤਗੁਰ ਥਾਪਿਆ ਤਿਨਾਂ ਮੇਟ ਨਾ ਸਕਿਆ ਕੋਏ ਉਹਨਾਂ ਅੰਤਰਨਾਮ ਨਿਧਾਨ ਹੈ ਉਹ ਨਾਮੋ ਪ੍ਰਗਟ ਹੋਏ ਗੁਰੂ ਨਾਨਕ ਦੇਵ ਜੀ ਉਸ ਨਾਮ ਦੇ ਵਿੱਚੋਂ ਪ੍ਰਗਟ ਹੋ ਕੇ ਆਏ ਉਹਨਾਂ ਦੇ ਕੋਲ ਨਾਮ ਦਾ ਜਪ ਤਪ ਦੀ ਇੰਨੀ ਕਿ ਤਾਕਤ ਸੀਗੀ ਉਹਨਾਂ ਨੇ ਸੰਸਾਰ ਦੇ ਵਿੱਚ ਆਪ ਦੇ ਆਤਮਕ ਬਲ ਆਪ ਦੇ ਪੂਜਾ ਦੇ ਬਲ ਭਗਤੀ ਦੇ ਬਲ ਦੇ ਨਾਲ ਸੱਚ ਦਾ ਰਾਜ ਕਾਇਮ ਕੀਤਾ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ ਸੱਚ ਦਾ ਰਾਜ ਚਲਾਇਆ ਜੋ ਹਿੰਦੂ ਮਤਰੀਆਂ ਰੋਹ ਰੀਤਾਂ ਸੀ ਉਹਨੂੰ ਵੀ ਨਕਾਰਤਾ ਜੋ ਮੁਸਲਮਾਨ ਦੀਆਂ ਰੋਹ ਰੀਤਾਂ ਸੀ ਉਹਨਾਂ ਨੂੰ ਵੀ ਨਕਾਰਤਾ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਕੁਝ ਹੁੰਦਾ ਜੋ ਤੁਸੀਂ ਕਰਦੇ ਹੋ ਵੈਰਵਾਦ ਕਰ ਰਹੇ ਹੋ ਰੋਜ਼ੇ ਕਰ ਰਹੇ ਹੋ ਨਮਾਜ਼ਾਂ ਕਰ ਰਹੇ ਹੋ ਮੜੀਆਂ ਮਸਾਣੀਆਂ ਦੀ ਪੂਜਾ ਕਰ ਰਹੇ ਹੋ ਪੱਥਰਾਂ ਦੀ ਕਰ ਰਹੇ ਪੂਜਾ ਕੋਈ ਪਸ਼ਮ ਨੂੰ ਪੂਜ ਰਿਹਾ ਕੋਈ ਪੂਰਬ ਨੂੰ ਪੂਜ ਰਿਹਾ ਕੋ ਤੇਤੀ ਕਰੋੜ ਦੇਵੀ ਦੇਵਤਿਆਂ ਨੂੰ ਪੂਜ ਰਿਹਾ ਨਕਾਰਤਾ ਸਭ ਕੁਝ ਨਕਾਰਤਾ ਪੱਥਰਾਂ ਦੀ ਪੂਜਾ ਨਕਾਰੀ ਸਰੀਰਾਂ ਦੀ ਪੂਜਾ ਨਕਾਰੀ ਜਿੰਨੇ ਵੀ ਦੇਵੀ ਦੇਵਤਿਆਂ ਤੱਕ ਪੂਜਣ ਵਾਲੇ ਸੀ ਸਾਰੀ ਪੂਜਾ ਨੂੰ ਖਤਮ ਕਰ ਦਿੱਤਾ ਇੱਕ ਇੱਕ ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਪੂਜਾ ਦਾ ਹੁਕਮ ਦਿੱਤਾ ਹੁਣ ਕਿਹਦੇ ਵਿੱਚੋਂ ਦਿੱਤਾ ਉਹਨਾਂ ਦਾ ਜਿਹੜਾ ਇੱਕ ਇੱਕ ਸਵਾਸ ਜਮਾ ਕਰਕੇ ਕੀਤਾ ਗਿਆ ਤਪ ਸੀਗਾ ਉਹਨਾਂ ਸਾਡੇ ਵਰਗੇ ਮੂਰਖਾਂ ਨੂੰ ਸਿਆਣੇ ਬਣਾਉਣ ਵਾਸਤੇ ਆਪਦੀ ਮਿਹਨਤ ਦਾ ਤੇ ਲਾਈ ਹੈ ਆਪਾਂ ਨਹੀਂ ਪ੍ਰਚਾਰ ਕਰ ਸਕਦੇ ਮਹਾਪੁਰਸ਼ ਪ੍ਰਚਾਰ ਕਰ ਸਕਦੇ ਹੈ ਮਹਾਪੁਰਸ਼ਾਂ ਦੇ ਪਾਸ ਪੁਰਬਲਾ ਧਨ ਹੁੰਦਾ ਹੈ ਪੁਰਵ ਜਨਮ ਪਰਚੂਣ ਕਮਾਏ ਹਰ ਹਰ ਨਾਮ ਪਿਆਰੇ ਜਿਹੜਾ ਪੁਰਬਲਾ ਉਹਨਾਂ ਦੇ ਕੋਲ ਧੰਨ ਹੈ ਉਹਨਾਂ ਨੇ ਵਾਰਿਆ ਇਸੇ ਤਰ੍ਹਾਂ ਜਦੋਂ ਸੰਤ ਬਿਰਤੀ ਦੇ ਨਾਲ ਪ੍ਰਚਾਰ ਕਰਦਿਆਂ ਕਰਦਿਆਂ ਪੰਜ ਪਾਤਸ਼ਾਹੀਆਂ ਤੱਕ ਗੱਲ ਪਹੁੰਚੀ ਪੰਜਵੇਂ ਗੁਰੂ ਨਾਨਕ ਦੇ ਸੰਤ ਬਿਰਤੀ ਦੇ ਨਾਲ ਪਿਆਰ ਨਾਲ ਬਿਠਾ ਕੇ ਲੰਗਰ ਪ੍ਰਸ਼ਾਦਾ ਛਕਾ ਕੇ ਜਦੋਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਂਦੇ ਜੀਵ ਨਾ ਲੰਗਰ ਪ੍ਰਸ਼ਾਦਾ ਪਕਾਉਣ ਦੀ ਨਾ ਕੋ ਰਾਮ ਕਰਨ ਦੀ ਕਿਸੇ ਪ੍ਰਕਾਰ ਦੀ ਵੀ ਉਹਨਾਂ ਨੂੰ ਸੋਚ ਫਿਕਰ ਨਹੀਂ ਸੀ ਪਰ ਫਿਰ ਇੰਨਾ ਜੋ ਕੂੜ ਦੇ ਰਾਜੇ ਸੀ ਉਹਨਾਂ ਨੇ ਇੰਨਾ ਅਤ ਕੀਤਾ ਕਿ ਪੰਜਵੇਂ ਗੁਰੂ ਨਾਨਕ ਧੰਦਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ ਬਹਾਨੇ ਬਣਾ ਕੇ ਹੁਣ ਫਿਰ ਪਹਿਲੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸੀ ਗੁਰਬਾਣੀ ਦੀ ਵਿਚਾਰਣ ਕਰੀਏ ਇਹ ਪਿਛੋਂ ture ture ਤੋਂ ਪੂਰੇ ਸਤਗੁਰ ਨਵਾਜੇ ਹੋਏ ਆਏ ਸੀ ਪਿਛੋਂ ਜਾਗਰਤ ਅਵਸਥਾ ਵਿੱਚ ਆਏ ਸੀ ਗੁਰੂ ਨਾਨਕ ਦੇ ਮਹਾਰਾਜ ਪੂਰਨ ਪਿੱਛੋਂ ਜਾਗਰਤ ਅਵਸਥਾ ਦੇ ਵਿੱਚ ਆਏ ਸੀ ਗੁਰੂ ਅੰਗਦ ਦੇਵ ਗੁਰੂ ਅਮਰਦਾਸ ਮਹਾਰਾਜ ਇਹਨਾਂ ਦੇ ਸੰਯੋਗ ਦੇ ਵਿੱਚ ਮਿਹਨਤ ਕਰਕੇ ਪ੍ਰਗਟ ਹੋਏ ਹੈ ਕਿਉਂਕਿ ਆਪਾਂ ਨੂੰ ਗੁਰਬਾਣੀ ਵਿੱਚ ਦੱਸਿਆ ਨਾ ਪ੍ਰਥਮੈ ਨਾਨਕ ਚੰਦ ਜਗਤ ਭਯੋ ਆਨੰਦ ਤਾਰਣ ਮਨੁਖ ਜਨ ਕੀਓ ਪ੍ਰਗਾਸ ਗੁਰੂ ਨਾਨਕ ਦੇ ਪਿੱਛੋਂ ਪੂਰਨ ਖਾਲਸ ਰੂਪ ਵਿੱਚ ਆਏ ਸੀ ਪਰ ਜਦੋਂ ਇਤਿਹਾਸ ਦੀ ਆਪਾਂ ਵਿਚਾਰ ਕਰਦੇ ਗੁਰੂ ਅੰਗਦ ਦੇਵ ਜੀ ਨੇ ਇਹਨਾਂ ਦਾ ਸੰਜੋਗ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਦਾ ਸੰਜੋਗ ਕੀਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਮਰਦਾਸ ਜੀ ਦਾ ਸੰਜੋਗ ਕੀਤਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦਾ ਸੰਜੋਗ ਕੀਤਾ ਜਦੋਂ ਫਿਰ ਇਹਨਾਂ ਦੇ ਸਰੀਰ ਨੂੰ ਸ਼ਹੀਦ ਕਰ ਦਿੱਤਾ ਗਿਆ 6ਵੇਂ ਜਾਮੇ ਦੇ ਵਿੱਚ ਗੁਰੂ ਨਾਨਕ ਆਉਂਦੇ ਆ ਤਨਤਨ ਸਾਹਿਬ ਸ੍ਰੀ ਹਰਗੋਬਿੰਦ ਸਿੰਘ ਮਹਾਰਾਜ ਇਹ ਫਿਰ ਪਿਛੋਂ ਪੂਰਨ ਸਤਗੁਰ ਆਉਂਦੇ ਆ ਜਿਸ ਤਰ੍ਹਾਂ ਪਹਿਲੇ ਪਾਤਸ਼ਾਹ ਪਿੱਛੋਂ ਸਤਗੁਰ ਬਿਰਤੀ ਵਿੱਚ ਪਿੱਛੋਂ ਹੀ ਜਾਗਰਤ ਆਏ ਐ ਉਸ ਤੋਂ ਬਾਅਦ ਜਿਹੜੀਆਂ ਅਗਲੀਆਂ ਚਾਰ ਪਾਤਸ਼ਾਹੀਆਂ ਹੋਈਆਂ ਉਹ ਸੰਯੋਗ ਸਾਧ ਸੰਗਤ ਕਰਕੇ ਮਿਹਨਤ ਕਰਕੇ ਸੇਵਾ ਕਰਕੇ ਫਿਰ ਜਦੋਂ ਛੇਵੇਂ ਪਾਤਸ਼ਾਹ ਆਉਂਦੇ ਐ ਇਹ ਵੀ ਧਰੂ ਆਉਂਦੇ ਐ ਜਿਨ੍ਹਾਂ ਦਾ ਗੁਰਬਾਣੀ ਵਿੱਚ ਪ੍ਰਮਾਣ ਆਪ ਜੀ ਨੇ ਦਿੱਤਾ ਹੈ ਜੰਮਿਆ ਪੂਤ ਭਗਤ ਗੋਬਿੰਦ ਕਾ ਪਿੱਛੋਂ ਆਏ ਸੰਸਪਾਈ ਜਿਹੜੀ ਸੰਤ ਦੀ ਬਿਰਤੀ ਸੀ ਗੁਰਨਾਨਕ ਦੇਵ ਲੈ ਕੇ ਆਏ ਅਕਾਲ ਪੁਰਖ ਨੇ ਭੇਜਿਆ ਤੇ ਸੰਤ ਦੇ ਨਾਲ ਜਦੋਂ ਸਪਾਈ ਦਾ ਰੂਪ ਆਪਣਾ ਪ੍ਰਗਟ ਹੋਇਆ ਚੋਲਾ ਪ੍ਰਗਟ ਹੋਇਆ ਤੇਗ ਪ੍ਰਗਟ ਹੋਈ ਹੈ ਜੰਗਾ ਜੁਦਾਂ ਪ੍ਰਗਟ ਹੋਈਆਂ ਉਹ ਸ੍ਰੀ ਹਰਗੋਬਿੰਦ ਸੇ ਮਹਾਰਾਜ ਚੇ ਪਾਛਤ ਹੋਈਆਂ ਉਹ ਵੀ ਅਕਾਲ ਪੁਰਖ ਸੱਚੇ ਪਾਸ਼ਾ ਜੀ ਦਾ ਹੁਕਮ ਸੀ ਬੜਾ ਵੱਡਾ ਵਿਸ਼ਾਲ ਦੁਨੀਆਵੀ ਸਰੀਰ 7 ਫੁੱਟ 2 ਇੰਚ ਸਵਾ 2 ਕੁਇੰਟਲ ਤੋਂ ਉੱਪਰ ਵਜ਼ਨ ਇੰਨੇ ਵੱਡੇ ਸਰੂਪ ਦੇ ਵਿੱਚ ਸਤਿਗੁਰ ਸਰੂਪ ਪ੍ਰਗਟ ਹੋਏ ਹੁਣ 6ਵੇਂ ਪਾਸ਼ਾ ਆਪ ਦਾ ਕਿੰਨਾ ਪਵਿੱਤਰ ਕਿੰਨੀ ਵੱਡੀ ਉਹ ਮਹਾਤਮਾ ਰੂਹ ਸੀਗੀ ਜਿਨੇ ਕਿੰਨੇ ਜਨਮਾਂ ਦਾ ਜਪ ਤਪ ਸੰਸਾਰ ਦੇ ਵਿੱਚ ਸਾਡੇ ਵਰਗੇ ਮੂਰਖਾਂ ਦਾ ਭਲਾ ਕਰਨ ਦੇ ਲਈ ਲਾਇਆ ਮੈਂ ਅੱਗੇ ਗੱਲ ਕਰਦਾ ਦੁਨਿਆਵੀ ਪੈਸਾ ਧਨ ਜਿਹੜਾ ਹੈ ਇਹ ਮੰਗਿਆ ਵੀ ਮਿਲ ਜਾਂਦਾ ਹੈ ਭਗਤੀ ਮੰਗਿਆ ਨਹੀਂ ਮਿਲਦੀ ਸਿਮਰਨ ਮੰਗਿਆ ਨਹੀਂ ਮਿਲਦਾ ਜੇ ساری ਉਮਰ ਕਿਸੇ ਨੇ ਨਿੰਦਿਆ ਚੁਗਲੀ ਕੀਤੀ ਨਸ਼ੇ ਕੀਤੇ ਆ ਪਿਛਲੀ ਉਮਰ ਦੇ ਵਿੱਚ ਆ ਕੇ ਕਿਸੇ ਨੂੰ ਬੇਨਤੀ ਕਰੇ ਜੀ ਮੈਨੂੰ ਵੀ ਕੋਈ ਸਾਲਕ ਦੀ ਭਗਤੀ ਧਾਰਨ ਉਧਾਰੀ ਦੇ ਦਿਓ ਐ ਨਹੀਂ ਕੋ ਦੇ ਸਕਦਾ ਕਰਿਆ ਮਿਲਦੀ ਹੈ ਹੁਣ ਉਹ ਐਨਾ ਵੱਡਾ ਬਲ ਜਿਹੜਾ ਪਤਾ ਨਹੀਂ ਇੱਕ ਇੱਕ ਸਵਾਸ ਜੋੜ ਕੇ ਕਿੰਨਾ ਪ੍ਰੇਜ ਜਤ ਸਤ ਰੱਖ ਕੇ ਬਣਦਾ ਉਹਨਾਂ ਨੇ ਸਾਡੇ ਤੋਂ ਵਾਰਿਆ ਉਸ ਤੋਂ ਬਾਅਦ ਫਿਰ 10 ਸਤਵੇਂ ਪਾਤਸ਼ਾਹ ਅੱਠਵੇਂ ਤੇ ਨੌਵੇਂ ਪਾਤਸ਼ਾਹ ਇਹ ਸੰਗਤ ਦੇ ਵਿੱਚ ਪ੍ਰਗਟ ਹੋਏ ਘਰ ਦੇ ਵਿੱਚ ਖੇਲ ਚੱਲ ਪਿਆ ਸਤਵੇਂ ਪਾਸ਼ਾ ਸੰਗਤ ਕੀਤੀ ਅਠਵੇਂ ਨੇ ਸੰਗਤ ਕੀਤੀ ਨੌਵੇਂ ਪਾਸ਼ਾ ਨੇ ਕਿੰਨਾ ਚਿਰ ਸੰਗਤ ਕੀਤੀ ਭੂਰੇ ਦੇ ਵਿੱਚ ਸਿਮਨ ਕੀਤਾ ਵਾਸ ਕੀਤਾ ਜੰਗ ਜੁੱਧ ਵੀ ਕੀਤੇ ਫਿਰ ਜਦੋਂ ਕਹਾਣੀ ਦਸਵੇਂ ਪਾਸ਼ਾ ਤੇ ਆਉਂਦੀ ਹੈ ਦਸਵੇਂ ਪਾਸ਼ਾ ਫਿਰ ਪੂਰੇ ਸਤਗੁਰ ਪਿੱਛੋਂ ਆਉਂਦੇ ਆ ਉਹਨਾਂ ਨੇ ਆਪ ਦਾ ਆਪ ਦੱਸਿਆ ਹਮ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤਮਾਸਾ ਵੀ ਮੈਂ ਪਿੱਛੋਂ ਹੀ ਆਇਆ ਸਤਗੁਰ ਸਰੂਪ ਮੈਂ ਇੱਥੇ ਨਹੀਂ ਪ੍ਰਗਟ ਹੋਇਆ ਤਾਂ ਹੀ ਤਾਂ 9 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਨੂੰ ਭੇਜ ਦਿੰਦੇ ਆ ਵੀ ਤੁਸੀਂ ਜਾਓ ਤੁਹਾਡੇ ਤੋਂ ਵੱਡਾ ਕੌਣ ਬ੍ਰਹਮਪੁਰਖ ਹੋ ਸਕਦਾ ਤੁਹਾਡੇ ਤੋਂ ਵੱਡਾ ਆਤਮਪੁਰਖ ਕੌਣ ਹੋ ਸਕਦਾ ਹੁਣ ਬਚਨ ਇੱਥੇ ਆਉਂਦੇ ਆ ਜਿਨ੍ਹਾਂ ਦਾ ਆਪਾਂ ਪਵਿੱਤਰ ਦਿਹਾੜਾ ਮਨਾ ਰਹੇ ਹਾਂ ਉਹਨਾਂ ਦੀ ਦੇਣੀ ਕਿੰਨੀ ਵੱਡੀ ਸੀ ਉਹਨਾਂ ਨੇ ਆਪ ਦੇ ਸਵਾਸਾਂ ਦੀ ਇਕੱਠੀ ਹੋਈ ਕੀਤੀ ਗਈ ਭਗਤੀ ਵਿੱਚੋਂ ਆਪ ਦੇ ਆਤਮਕ ਬਲ ਵਿੱਚੋਂ ਰਾਜ ਛੱਡ ਦਿੱਤਾ ਤਖਤ ਬਖਤ ਛੱਡ ਦਿੱਤਾ ਪਰਿਵਾਰ ਛੱਡ ਦਿੱਤਾ ਦੇਖੋ ਛੋਟੇ-ਛੋਟੇ ਬੱਚਿਆਂ ਤੇ ਸਿਰਫ ਗੁਰੂ ਘਰ ਦੇ ਪਰਿਵਾਰ ਨਾਲ ਹੀ ਨਹੀਂ ਜੋ ਗੁਰੂ ਘਰ ਦੇ ਨਾਲ ਹੋਰ ਭਗਤ ਗੁਰਮੁਖ ਗੁਰਸਿੱਖ ਜੁੜੇ ਹੋਏ ਸੀ ਉਹਨਾਂ ਤੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਵੀ ਕਿੰਨੀ ਤਸ਼ੱਦਦ ਹੋਈ ਪਰ ਕਿਉਂ ਤਸ਼ੱਦਦ ਹੋਈ ਕਿ ਅਸੀਂ ਤੁਹਾਡਾ ਬਣਾਇਆ ਹੋਇਆ ਝੂਠਾ ਧਰਮ ਚਾਹੇ ਤੁਹਾਡਾ ਇਸਲਾਮ ਹੈ ਚਾਹੇ ਤੁਸੀਂ ਮੁਸਲਮਾਨ ਹੋ ਇਸ ਸੰਸਾਰੀ ਤੌਰ ਦਾ ਤੁਹਾਡਾ ਧਰਮ ਹੈ ਅਸੀਂ ਇਹਨੂੰ ਕਬੂਲ ਨਹੀਂ ਕਰਾਂਗੇ ਤੁਹਾਡੀਆਂ ਰਹੁ ਰੀਤਾਂ ਨੂੰ ਕਬੂਲ ਨਹੀਂ ਕਰਾਂਗੇ ਜੇ ਮੁਸਲਮਾਨ ਬਣਨਾ ਹੈ ਤੇ ਮਹਾਰਾਜ ਕਹਿੰਦੇ ਮੁਸਲਮਾਨ ਵੀ ਬਣ ਜਾਵਾਂਗੇ ਪਰ ਉਹ ਮੁਸਲਮਾਨ ਬਣੋ ਜੋ ਗੁਰੂ ਨਾਨਕ ਨੇ ਕਿਹਾ ਮੁਸਲਮਾਨ ਮੂਮ ਦਿਲ ਹੋਵੇ ਮੁਸਲਮਾਨ ਦਾ ਤਾਂ ਦਿਲ ਇੰਨੀ ਸਹਜ ਦੇ ਵਿੱਚ ਹੁੰਦਾ ਇੰਨਾ ਮੂਮ ਦਿਲ ਹੁੰਦਾ ਉਹ ਤਾਂ ਕਿਸੇ ਦੇ ਉੱਪਰ ਹੱਥ ਚੁੱਕਣ ਦੀ ਤਾਂ ਬਹੁਤ ਦੂਰ ਦੀ ਗੱਲ ਐ ਉਹ ਤਾਂ ਨਿਗਾ ਚੱਕ ਕੇ ਨਹੀਂ ਕਿਸੇ ਪਾਸੇ ਦੇਖਦਾ ਪਰ ਤਰੀ ਰੂਪ ਨਾ ਪੇਖੈ ਨੇਤਰ ਸਾਧ ਕੀ ਸੈ ਤਹਿਲ ਸੰਤ ਸੰਗ ਹੇਤ ਕਰਨ ਨਾ ਸੁਣਾਂ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਉਸ ਦੇ ਵਿੱਚ ਤਾਂ ਇਹ ਗੁਣ ਨੇ ਤੁਸੀਂ ਤਾਂ ਇਹਨਾਂ ਅਤਿਆਚਾਰ ਕਰਦੇ ਅਸੀਂ ਤੁਹਾਡਾ ਇਸਲਾਮ ਨਹੀਂ ਅਪਣਾਵਾਂਗੇ ਹੁਣ ਜਦੋਂ ਅਤਿਆਚਾਰ ਹੁੰਦਾ ਸੀ ਚਾਹ ਹਿੰਦੂ ਰਾਜੇ ਸੀ ਚਾਹ ਸਨਤਨੀ ਸੀ ਜਿਨ੍ਹਾਂ ਨੂੰ ਸ਼ਾਸਤਰ ਵਿਦਿਆ ਦਾ ਅਭਿਆਸ ਭੁੱਲ ਗਿਆ ਸੀ ਬੇਸ਼ੱਕ ਸ੍ਰੀ ਰਾਮ ਜੀ ਅਵਤਾਰੀ ਰੂਪ ਆਏ ਨੇ ਉਹਨਾਂ ਨੇ ਵੀ ਯੁੱਧ ਕੀਤਾ ਹੈ ਸ੍ਰੀ ਕ੍ਰਿਸ਼ਨ ਜੀ ਅਵਤਾਰੀ ਰੂਪ ਆਏ ਨੇ ਉਹਨਾਂ ਨੇ ਵੀ ਯੁੱਧ ਕੀਤਾ ਹੈ ਪਰ ਜੋ ਉਹਨਾਂ ਤੋਂ ਪ੍ਰਗਟ ਹੋਈਆਂ ਕੌਮਾਂ ਸੀ ਜਦੋਂ ਸੰਸਾਰ ਦੇ ਵਿੱਚ ਹੌਲੀ 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 ਮਾਇਆ ਦੇ ਰੂਪ ਵਿੱਚ ਪੈ ਕੇ ਸ਼ਸਤਰ ਵਿੱਦਿਆ ਭੁੱਲ ਗਏ ਉਹਨਾਂ ਦਾ ਦਿੱਤਾ ਹੋਇਆ ਗਿਆਨ ਭੁੱਲ ਗਏ ਤੇ ਗੁਲਾਮ ਕਰ ਲਿਆ ਹੁਣ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਉਂਦੇ ਸਾਨੂੰ ਬਚਾ ਲਓ ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਹੈ ਕਿ ਮੈਦਾਨੇ ਜੰਗ ਦੇ ਵਿੱਚ ਨਾ ਕੋ ਤੰਤਰ ਕੰਮ ਆਉਂਦਾ ਨਾ ਮੰਤਰ ਕੰਮ ਆਉਂਦਾ ਨਾ ਗਿਆਨ ਕੰਮ ਆਉਂਦਾ ਉਥੇ ਤੇਗ ਬਾਰ ਕਰਦੀ ਹੈ ਤੇ ਕੰਮ ਆਉਂਦੀ ਹੈ ਹੁਣ ਉਹ ਕਹਿੰਦੇ ਸਾਨੂੰ ਨਾ ਤੇਗ ਚਲਾਉਣੀ ਆਵੇ ਨਾ ਸਾਨੂੰ ਵਾਰ ਕਰਨਾ ਆਵੇ ਤੰਤਰ ਮੰਤਰ ਸਾਨੂੰ ਆਉਂਦੇ ਨੇ ਹਮਣ ਕਰਨੇ ਸਾਨੂੰ ਆਉਂਦੇ ਨੇ ਬਲੀਆਂ ਦੇਣੀਆਂ ਆਉਂਦੀਆਂ ਨੇ ਹੁਣ ਜਦੋਂ ਚੜ ਕੇ ਦੁਸ਼ਮਣ ਆ ਗਿਆ ਨਾ ਉੱਥੇ ਤੰਤਰ ਨੇ ਕੰਮ ਕੀਤਾ ਨਾ ਮੰਤਰ ਨੇ ਕੀਤਾ ਨਾ ਮੜੀਆਂ ਮਸਾਣੀਆਂ ਨੇ ਕੀਤਾ ਨਾ ਬਲੀਆਂ ਨੇ ਕੰਮ ਕੀਤਾ ਉਹ ਕਹਿੰਦੇ ਸਾਨੂੰ ਬਚਾਓ ਤੇ ਉੱਥੇ ਫਿਰ ਸੱਚੇ ਪਾਤਸ਼ਾਹ ਕਹਿੰਦੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤਿਲਕ ਤੇ ਜੰਜੂ ਉਹਨਾਂ ਦੇ ਫਿਰ ਬਚਾਏ ਕਿੰਨੋ ਵੱਡੋ ਕੱਲੂ ਮੈਂ ਸਾਕਾ ਬੜਾ ਵੱਡਾ ਸਾਕਾ ਕੀਤਾ ਕਲਯੁਗ ਦੇ ਵਿੱਚ ਨੌਵੇਂ ਪਾਤਸ਼ਾਹ ਦੀ ਸ਼ਹੀਦੀ ਬੜਾ ਵੱਡਾ ਸਾਕਾ ਸੀ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਹ ਸਾਕਾ ਕੀਤਾ ਤਾਂ ਉਹਨਾਂ ਨੇ ਆਮ ਹਰ ਇੱਕ ਕਿਸੇ ਗੁਰਮਖ ਨੂੰ ਨਹੀਂ ਇਹ ਆਵਾਜ਼ ਦੇ ਕੇ ਆਪ ਦੇ ਨਾਲ ਜੋੜ ਲਿਆ ਉਹਨਾਂ ਗੁਰਮਖਾਂ ਨੇ ਜੰਗ ਜੁੱਧ ਲੜੇ ਜੋ ਕਿ ਜਿਨ੍ਹਾਂ ਦੀਆਂ 2-2 3-3 4-4 ਪੀੜੀਆਂ ਗੁਰੂ ਘਰ ਦੀ ਸੇਵਾ ਦੇ ਵਿੱਚ ਹੀ ਸੰਪੂਰਨ ਹੋ ਗਈਆਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਗੱਦੀ ਮਿਲਦੀ ਹੈ ਸ਼ਸਤਰ ਵਿਦਿਆ 6ਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਈ ਸੀ 6ਵੇਂ ਪਾਸ਼ਾ ਨੇ ਵੀ ਜੰਗਾਂ ਜੁੱਧਾਂ ਜਿੱਤੀਆਂ ਜੋ ਚੋਲਾ ਅਤੇ ਦਮਾਲਾ ਹੈ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਮਿਲ ਗਿਆ ਮੀਰੀ ਪੀਰੀ ਦੀ ਕਿਰਪਾਨ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਮਿਲ ਗਈ ਜੰਗ ਤੋਂ ਸ਼ੁਰੂ ਸੀਗੇ ਜਦੋਂ 10ਵੇਂ ਪਾਤਸ਼ਾਹ ਜੀ ਦੇ ਪਾਸ ਗੱਦੀ ਆਉਂਦੀ ਹੈ 14 ਸਾਲ 14 ਸਾਲ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਗੁਰਮਖਸੀ ਉਹਨਾਂ ਨੂੰ ਸ਼ਬਦ ਗੁਰਮੰਤਰ ਅਤੇ ਬ੍ਰਹਮ ਦਾ ਗਿਆਨ ਪਹਿਲਾਂ ਦ੍ਰਿੜ ਕਰਵਾਇਆ ਸਿੰਧਾ ਨਹੀਂ ਅਮਰ ਤਿਸ਼ਕਾਇਆ ਸਿੱਧੀ ਨਹੀਂ ਫੌਜ ਸਾਜੀ ਜੋ ਵਾਹਿਗੁਰੂ ਦਾ ਗੁਰਮੰਤਰ ਸੀ ਮਹਾਰਾਜ ਕਹਿੰਦੇ ਸੁਣੋ ਆਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਚਾਰ ਵਰਨ ਇੱਕ ਵਰਨ ਕਰਾਉਂ ਵਾਹਿਗੁਰੂ ਕਾ ਜਾਪ ਜਪਾਉ ਆਨੰਦ ਲਾਲ ਜੀ ਦੱਸਦੇ ਮਹਾਰਾਜ ਨੇ ਚਾਰੇ ਵਰਨਾਂ ਨੂੰ ਇੱਕ ਵਰਨ ਕਰਨ ਦਾ ਜਿਹੜਾ ਇਹ ਰਾਜ ਪਰਗਟ ਕੀਤਾ ਇਹ ਐਵੇਂ ਨਹੀਂ ਮਹਾਰਾਜ ਕਹਿੰਦੇ ਚਾਰ ਵਰਨ ਇੱਕ ਵਰਨ ਕਰਾਉ ਵਾਹਿਗੁਰੂ ਦਾ ਜਾਪ ਜਪਾਉ ਵਾਹਿਗੁਰੂ ਦੇ ਜਾਪ ਦੁਆਰਾ ਸ਼ਬਦ ਦੀ ਤਾਕਤ ਦੁਆਰਾ ਇਹ ਰਾਜ ਪ੍ਰਗਟ ਕੀਤਾ ਹੁਣ ਆਪਾਂ ਵੀ ਸ਼ਬਦ ਜਪਦੇ ਆ ਬੜੇ ਬੜੇ ਸਾਲ ਹੋ ਗਏ ਆਪਾਂ ਵੀ ਬਾਣੀ ਪੜ੍ਹਦੇ ਪਏ ਆ ਗੁਰੂ ਘਰਾਂ ਦੇ ਵਿੱਚ ਆਉਂਦੇ ਆ ਪਰ ਜਦੋਂ ਗੁਰਬਾਣੀ ਦੇ ਵਿੱਚ ਮਹਾਰਾਜ ਦੇ ਦੱਸੇ ਹੋਏ ਜਿਹੜੇ ਬ੍ਰਹਮ ਦੇ ਨਜ਼ਾਰੇ ਐ ਜੋ ਬ੍ਰਹਮ ਦੀ ਅਵਸਥਾ ਐ ਉਹ 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 ਆਪਾਂ ਨੂੰ ਮਹਿਸੂਸ ਨਹੀਂ ਹੁੰਦੀ ਤੇ ਜਿਹੜਾ ਜਾਪ ਹੈ ਜਿੰਨੀ ਦੇਰ ਤੱਕ ਜਪਣ ਦਾ ਇਸ ਨੂੰ ਤਰੀਕਾ ਨਹੀਂ ਆਉਂਦਾ ਜਿਹੜਾ ਗਿਆਨ ਹੈ ਜਿੰਨੀ ਦੇਰ ਤੱਕ ਇਸ ਨੂੰ ਲੈਣ ਦਾ ਤਰੀਕਾ ਨਹੀਂ ਆਉਂਦਾ ਇਹ ਸਾਡੇ ਤੇ ਕੰਮ ਨਹੀਂ ਕਰਦਾ ਆਪਾਂ ਕਹਿੰਦੇ ਆ ਵੀ ਅਸੀਂ ਗੁਰੂ ਘਰ ਮੱਥਾ ਵੀ ਟੇਕਦੇ ਆ ਅਸੀਂ ਬਾਣੀ ਵੀ ਪੜ੍ਹਦੇ ਆ ਅਸੀਂ ਸਿਮਰਨ ਵੀ ਕਰਦੇ ਆ ਪਰ ਫਿਰ ਵੀ ਸਾਡੇ ਘਰ ਦੇ ਵਿੱਚੋਂ ਦੁਬਧਾ ਨਹੀਂ ਖਤਮ ਹੁੰਦੀ ਕਲੇਸ਼ ਨਹੀਂ ਖਤਮ ਹੁੰਦਾ ਸਾਨੂੰ ਰੋਗ ਵੀ ਪੈ ਜਾਂਦੇ ਆ ਸਾਨੂੰ ਘਾਟੇ ਨਫੇ ਵੀ ਆਉਂਦੇ ਆ ਅਸੀਂ ਤਾਂ ਸਿਮਰਨ ਵੀ ਕਰਦੇ ਬਾਣੀ ਮੱਥਾ ਵੀ ਟੇਕਦੇ ਆ ਹੌਲੀ ਹੌਲੀ ਆਪਾਂ ਗੁਰੂ ਘਰ ਦੇ ਨਾਲੋਂ ਟੁੱਟ ਜਾਨੇ ਆਂ ਦੂਜੀਆਂ ਤੀਜੀਆਂ ਜਗ੍ਹਾਵਾਂ ਤੇ ਜਾਂਦੇ ਆਂ ਵੀ ਗੁਰੂ ਘਰ ਬਥੇਰਾ ਜਾ ਕੇ ਦੇਖ ਲਿਆ ਅਰਦਾਸਾਂ ਕਰਵਾ ਕੇ ਦੇਖ ਲੀਆਂ ਪਾਠ ਕਰਵਾ ਕੇ ਦੇਖ ਲਿਆ ਸਿਮਰਨ ਕਰਕੇ ਦੇਖ ਲਿਆ ਕੋਈ ਫਾਇਦਾ ਤਾਂ ਹੁੰਦਾ ਨਹੀਂ ਦੁਨੀਆਵੀ ਫਾਇਦਾ ਇਹ ਨਹੀਂ ਕਿ ਗੁਰੂ ਦੇ ਪਾਸ ਸ਼ਕਤੀ ਨਹੀਂ ਹੈ ਗੁਰੂ ਤਾਂ ਸਮਰੱਥ ਹੈ ਗੁਰ ਪਰਮੇਸ਼ਰ ਇੱਕੋ ਜਾਣ ਇਹ ਨਹੀਂ ਕਿ ਸਿਮਰਨ ਦੇ ਵਿੱਚ ਸ਼ਕਤੀ ਨਹੀਂ ਹੈ ਪਰ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਮ ਦੀ ਤਾਕਤ ਤੋਂ ਐਸੀ ਫੌਜ ਪ੍ਰਗਟ ਕਰ ਲਈ ਜਿਹੜਾ ਇਕੱਲਾ ਵੀ ਸਵਾ ਲੱਖ ਨਾਲ ਲੜ ਸਕਦਾ ਸੀ ਉਹ ਸਿਮਰਨ ਜਪਣ ਦਾ ਤਰੀਕਾ ਨਹੀਂ ਹੈ ਆਪਣੇ ਪਾਸ ਔਖਦ ਤਾਂ ਹੈ دارو ਤਾਂ ਹੈ ਦਵਾਈ ਤਾਂ ਹੈ ਆਪਣੇ ਕੋਲ ਪਰ ਇਹ ਨਹੀਂ ਪਤਾ ਵੀ ਲੈਣੀ ਕਿਵੇਂ ਹੈ ਦੁੱਧ ਨਾਲ ਲੈਣੀ ਪਾਣੀ ਨਾਲ ਲੈਣੀ ਆ ਖਾਲੀ ਪੇਟ ਲੈਣੀ ਰੋਟੀ ਖਾ ਕੇ ਲੈਣੀ ਆ ਉਹ ਜਿੰਨੀ ਦੇਰ ਤੱਕ ਦਵਾਈ ਦਾ ਢੰਗ ਨਹੀਂ ਉਹਨੇ ਕੰਮ ਨਹੀਂ ਕਰਨਾ ਸਿਮਰਨ ਦਾ ਤਾਂ ਪਤਾ ਹੈ ਕਿ ਵਾਹਿਗੁਰੂ ਸ਼ਬਦ ਦੇ ਵਿੱਚ ਬੜੀ ਤਾਕਤ ਹੈ ਪਰ ਹੀ ਆਪ ਦੀ ਮਤ ਦੁਆਰਾ ਜਪਦੇ ਆ ਕੋਈ ਸਤਨਾਮ ਵਹਿਗੁਰੂ ਜਪਦਾ ਕੋਈ ਵਹਿਗੁਰੂ ਵਹਿਗੁਰੂ ਜਪਦਾ ਕੋਈ ਭੁੱਖਾ ਪਿਆਸਾ ਰਹਿ ਕੇ ਜਪਦਾ ਕੋਈ ਗ੍ਰਸਥ ਛੱਡ ਕੇ ਜਪਦਾ ਹੁਣ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 14 ਸਾਲ ਸਿਮਰਨ ਕਰਵਾ ਕੇ ਬ੍ਰਹਮ ਦਾ ਗਿਆਨ ਦੇ ਕੇ ਫੌਜ ਤਿਆਰ ਕੀਤੀ ਉਹਨਾਂ ਨੇ ਸਾਨੂੰ ਭੇਤ ਦਿੱਤਾ ਹੈ ਵੀ ਇਹ ਜਿਹੜਾ ਇੱਕ ਗੁਰਸਿੱਖ ਹੈ ਉਸ ਦੀ ਤਾਕਤ ਇੰਨੀ ਹੋ ਸਕਦੀ ਹੈ ਕਿ ਉਹ ਇੱਕ ਸਵਾ ਲੱਖ ਦੇ ਨਾਲ ਲੜ ਸਕਦਾ ਜੂਝ ਸਕਦਾ ਭਾਈ ਬੱਚਿਆਂ ਨੂੰ ਗੁਰਮਖੋ ਥੋੜਾ ਜਿਆ ਕਰੋ ਵਿਚਾਰ ਚਲਦੀ ਬੱਚਿਆਂ ਨੂੰ ਇਹਨਾਂ ਨੂੰ ਥੋੜਾ ਜਿਹਾ ਸਹਿਜ ਕਰੋ ਜਾਂ ਬਾਹਰ ਲੈ ਜਾਓ ਤੇ ਜਾਂ ਇਹਨਾਂ ਨੂੰ ਚੁੱਪ ਕਰਾਓ ਇੱਕ ਗੁਰਮਖ ਜਿਹੜਾ ਹੈ ਉਹ ਕੱਲਾ ਸਵਾ ਲੱਖ ਦੇ ਨਾਲ ਵੀ ਜੂਝ ਸਕਦਾ ਹੈ ਇੱਕ ਗੁਰਮਖ ਜਿਹੜਾ ਹੈ ਉਹ ਆਪ ਦਾ ਸੀਸ ਧਲੀ ਤੇ ਧਰ ਕੇ ਵੀ ਜੂਝ ਸਕਦਾ ਹੈ ਇੱਕ ਗੁਰਮਖ ਜਿਹੜਾ ਹੈ ਉਹ ਸੂਖਮ ਰੂਪ ਦੇ ਵਿੱਚ ਵੀ ਵਿਚਰ ਸਕਦਾ ਹੈ ਸਥੂਲ ਰੂਪ ਦੇ ਵਿੱਚ ਵੀ ਵਿਚਰ ਸਕਦਾ ਹੈ ਪਰ ਉਹ ਖੇਲ ਕਿੱਥੇ ਪ੍ਰਗਟ ਹੁੰਦਾ ਹੈ ਉਹ ਖੇਲ ਫਿਰ ਗਿਆਨ ਤੋਂ ਅਤੇ ਸ਼ਬਦ ਤੋਂ ਉੱਪਰ ਅਨਹਦ ਸੋਮਿਆਂ ਦੇ ਵਿੱਚ ਜਾ ਕੇ ਪ੍ਰਗਟ ਹੁੰਦਾ ਹੈ ਗੁਰੂ ਨਾਨਕ ਦੇ ਘਰ ਨੇ ਜਾਪ ਹਿੰਦੂ ਵੀ ਜਪਦਾ ਸੀਗਾ 베ਦ ਪੁਰਾਣ ਸਿਮਰਤੀਆਂ ਪੜ੍ਹਦੇ ਸੀਗੇ ਤੀਰਥਾਂ ਤੇ ਵੀ ਜਾਂਦੀ ਸੀਗੇ ਪਰ ਉਹਨਾਂ ਤੇ ਕਿਰਪਾ ਨਹੀਂ ਸੀ ਜੋ ਗੁਰੂ ਨਾਨਕ ਦੇਵ ਕਰਨੇ ਤਰੀਕਾ ਦੱਸਿਆ ਉਹ ਤਰੀਕੇ ਤੋਂ ਫਿਰ ਇਹ ਸਾਰੀ ਤਾਕਤ ਪ੍ਰਗਟ ਹੋਈ ਹੈ ਕੋਟ ਤੀਰਥ ਮਜਨ ਇਸਨਾਨਾ ਇਸ ਕਲਮੈ ਮੈਲ ਭਰੀਜੈ ਮਹਾਰਾਜ ਕਹਿੰਦੇ ਕਰੋੜਾਂ ਤੀਰਥਾਂ ਨਾਈ ਜੋ ਮਜਨ ਕਰੀ ਜੋ ਇਸ਼ਨਾਨ ਕਰੀ ਜੋ ਕਲਯੁਗ ਦੇ ਵਿੱਚ ਮੈਲ ਹੀ ਚੜਣੀ ਹੈ ਸਿਰ ਤੇ ਵੇਦ ਪੁਰਾਣ ਸਿਮਰਤ ਸ਼ਾਸਤਰ ਇਨ ਪੜਿਆਂ ਮੁਕਤ ਨਾ ਹੋਈ ਇਹ ਵੀ ਉਹਨਾਂ ਨੇ ਕਹਿ ਦਿੱਤਾ ਹੁਣ ਉਹ ਕਿਹੜਾ ਤਰੀਕਾ ਉਸ ਤਰੀਕੇ ਨੂੰ ਸੱਚੇ ਪਾਤਸ਼ਾਹ ਜੀ ਨੇ ਕਿਹਾ ਵੀ ਜੋ ਸਾਡੇ ਅੰਦਰ ਗੁਪਤ ਰੂਪ ਦੇ ਵਿੱਚ ਨਾਦ ਚੱਲਦਾ ਹੈ ਅਨਹਦ ਬਾਣੀ ਚੱਲਦੀ ਹੈ ਜਿਸ ਨੂੰ ਦਸਵੇਂ ਘਰ ਦਾ ਖਜ਼ਾਨਾ ਕਿਹਾ ਗੁਰਬਾਣੀ ਗੁਰੂ ਦੇ ਵਿੱਚ ਨੌ ਦੁਆਰੇ ਪ੍ਰਗਟ ਕੀਏ ਦਸਮਾ ਗੁਪਤ ਰਖਾਇਆ ਗੁਰਦੁਆਏ ਲਾਇ ਭਾਵਨੀ ਇਕਨਾ ਦਸਵਾਂ ਦਵਾਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿ ਜਿਸ ਦਾ ਅੰਤ ਨਾ ਜਾਈ ਪਾਇਆ ਉਸ ਦਸਵੇਂ ਘਰ ਦੇ ਵਿੱਚ ਉਹਨਾਂ ਦੀ ਸੁਰਤੀ ਨੂੰ ਇਕਾਗਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਨਾਦ ਦੀ ਤਾਕਤ ਦੁਆਰਾ ਜੋ ਤੁਸੀਂ ਰੋਜ ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹੋ ਭੁਗਤ ਗਿਆਨ ਦਇਆ ਪੰਡਾਰਣ ਘਟ ਘਟ ਵੱਜੈ ਨਾਦ ਘਟ ਘਟ ਦੇ ਵਿੱਚ ਨਾਦ ਵੱਜਦਾ ਪਿਆ ਪਰ ਉਹ ਸਾਰਿਆਂ ਨੂੰ ਨਹੀਂ ਸੁਣਦਾ ਕਿਉਂਕਿ ਅਸੀਂ ਇਹਨਾਂ ਕੰਨਾਂ ਦਾ ਇਸਤੇਮਾਲ ਕਰਦੇ ਹਾਂ ਇਹਨਾਂ ਅੱਖਾਂ ਨੂੰ ਦੁਆਰਾ ਦੇਖਦੇ ਹਾਂ ਇਹਨਾਂ ਕੰਨਾਂ ਦੁਆਰਾ ਸੁਣਦੇ ਹਾਂ ਜਿਹੜਾ ਸਾਡੇ ਮਨ ਦੇ ਨੇਤਰ ਨੇ ਜੋ ਸਾਡੇ ਮਨ ਦੇ ਕੰਨ ਹੈ ਸਾਡੇ ਮਨ ਦਾ ਮੁਖ ਹੈ ਮਨ ਦਾ ਸਰੀਰ ਹੈ ਉਸ ਦੀ ਆਪਾਂ ਨੂੰ ਪਹਿਚਾਣ ਨਹੀਂ ਗੁਰੂ ਘਰ ਨੇ ਮਨ ਦੀ ਜੋਤ ਨੂੰ ਪ੍ਰਗਟ ਕਰਕੇ ਮਨ ਦੇ ਧਿਆਨ ਦੇ ਨੇਤਰਾਂ ਦੇ ਨੂੰ ਕਿਵੇਂ ਉਸ ਸੱਚੇ ਪਾਤਸ਼ਾਹ ਦੀ ਜੋਤ ਨੂੰ ਹਰ ਸਮੇਂ ਵੇਖਣਾ ਹੈ ਕਿਵੇਂ ਇੱਥੇ ਜੋ ਵੱਜ ਰਿਹਾ ਨਾਦ ਹੈ ਉਸ ਨੂੰ ਹਰ ਵਕਤ ਸੁਣਨਾ ਹੈ ਜਦੋਂ ਇਹ 14 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਭਿਆਸ ਕਰਵਾਇਆ ਸ਼ਸਤਰ ਵਿੱਦਿਆ ਦਾ ਅਭਿਆਸ ਨਾਲ ਬ੍ਰਹਮ ਦੀ ਵਿੱਦਿਆ ਦਾ ਅਭਿਆਸ ਉਹਨਾਂ ਨੂੰ ਮਰਜੀ ਵਿੜੇ ਕਰ ਦਿੱਤਾ ਜਿਹੜੀ ਮਹਾਰਾਜ ਦੀ ਬਾਣੀ ਦੇ ਵਿੱਚ ਬਚਨ ਆਉਂਦਾ ਹੈ ਨੌ ਦਰ ਠਾਕੇ ਧਾਵਤ ਰਹਾਏ ਦਸਵੇਂ ਨਿਜ ਘਰ ਵਾਸਾ ਪਾਏ ਉਥੇ ਅਨਹਦ ਸ਼ਬਦ ਵਜੇ ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ ਜੋ ਅਨਹਦ ਸ਼ਬਦ ਸਾਡੇ ਅੰਦਰ ਦਿਨ ਰਾਤ ਵੱਜ ਰਿਹਾ ਹੈ ਜੋ ਨਾਦ ਇਸ ਘਟਕਟ ਦੇ ਵਿੱਚ ਵੱਜ ਰਿਹਾ ਹੈ ਉਹ ਸੱਚੇ ਪਾਤਸ਼ਾਹ ਨੇ ਆਪ ਦੀ ਦਿਵ ਦ੍ਰਿਸ਼ਟੀ ਦੀ ਤਾਕਤ ਦੇ ਨਾਲ ਗੁਰਮਖਾਂ ਉੱਪਰ ਕਿਰਪਾ ਕੀਤੀ ਹੁਣ ਨਾਲੋਂ ਨਾਲ ਤਾਂ ਉਹ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਆ ਨਾਲੋਂ ਨਾਲ ਅੰਦਰ ਸ਼ਬਦ ਦੀ ਵਿੱਦਿਆ ਦੇ ਨਾਲ ਜੁੜ ਜਾਂਦੇ ਆ ਸ਼ਬਦ ਦੇ ਨਾਲ ਜੁੜ ਕੇ ਸ਼ਬਦ ਦਾ ਅਭਿਆਸ ਕਰਦੇ ਆ ਜਦੋਂ ਆਤਮਕ ਬਲ ਅਤੇ ਸ਼ਸਤਰ ਵਿੱਦਿਆ ਦਾ ਸੁਮੇਲ ਬਣ ਗਿਆ ਹੁਣ ਤਾਂ ਜਿਵੇਂ ਕੂੜ ਪ੍ਰਚਾਰ ਚੱਲ ਪਿਆ ਨਾ ਵੀ ਉਹ ਉਹਨਾਂ ਦਿਨਾਂ ਦੇ ਵਿੱਚ ਸਿੰਘਾਂ ਨੂੰ ਫਿਰ ਜੋਸ਼ ਨਹੀਂ ਸੀ ਆਉਂਦਾ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਸੀ ਕਿ ਬੱਕਰੇ ਵੱਢ ਕੇ ਛਟਕਾਓ ਘੋੜੇ ਵੱਢ ਕੇ ਛਟਕਾਓ ਇਹਨਾਂ ਨੂੰ ਤਾਕਤ ਆਵੇਗੀ ਫਿਰ ਜਦੋਂ ਪੁੱਛਦੇ ਨੇ ਵੀ ਜਦੋਂ ਕੱਚੀ ਗੜੀ ਦੇ ਵਿੱਚ ਸਾਰੇ ਪਾਸੋਂ ਕੀੜਾ ਪੈ ਗਿਆ ਕਰੀਬਨ ਕਰੀਬਨ ਸਵਾ ਮਹੀਨਾ ਬਾਰੋਂ ਰਾਸ਼ਨ ਪਾਣੀ ਸਭ ਕੁਝ ਜਾਣਾ ਬੰਦ ਕਰ ਦਿੱਤਾ ਗਿਆ ਕੱਚੀ ਗੜੀ ਦੇ ਵਿੱਚ ਕੀੜਾ ਪੈ ਗਿਆ 40 42 ਦਿਨ ਜਿਹੜਾ ਹੈ ਚਲੋ ਇਤਿਹਾਸ ਦੇ ਵਿੱਚ ਵੱਖ-ਵੱਖ ਤਜਰਮੇ ਆਉਂਦੇ ਆ ਕੋਈ 20 ਦਿਨ ਕਹਿੰਦਾ ਕੋਈ 22 ਕਹਿੰਦਾ 40 42 ਦਿਨ ਦਾ ਜਿਹੜਾ ਕੇਰਾ ਪੈ ਗਿਆ ਆਪਾਂ ਦੇਖਦੇ ਆ ਜਿਆਦੀ ਦੂਰ ਨਾ ਜਾਈਏ 84 ਦੇ ਵਿੱਚ ਜਦੋਂ ਦਰਬਾਰ ਸਾਹਿਬ ਨੂੰ ਕੇਰਾ ਪਾਇਆ ਸੀ ਫੌਜ ਨੇ ਸਿਰਫ 3 4 ਦਿਨ ਪਾਇਆ ਹੋਣਾ ਅਖੀਰੀ ਦਿਨ ਲਾਈਟ ਕੱਟ ਦਿੱਤੀ ਪਾਣੀ ਬੰਦ ਕਰ ਦਿੱਤਾ ਰਾਸ਼ਨ ਅੰਨ ਪਾਣੀ ਸਭ ਬੰਦ ਕਰਤਾ ਸੀ ਉੱਥੇ 40 ਦਿਨ ਕੇਰਾ ਸੀ ਤੇ ਬੱਕਰੇ ਤੇ ਘੋੜੇ ਤਾਂ ਬੜੀ ਵੱਡੀ ਗੱਲ ਹੈ ਉਹਨਾਂ ਨੂੰ ਤਾਂ ਪੱਤੇ ਨਹੀਂ ਸੀ ਨਸੀਬ ਹੋਏ ਤੇ ਆਪ ਦੀਆਂ ਆਂਦਰਾਂ ਦੇ ਉੱਪਰ ਕਮਰ कसे ਬੰਨ ਕੇ ਕਿ ਢਿੱਡ ਦੇ ਵਿੱਚ ਭੁੱਖ ਨਾ ਲੱਗੇ ਜੇ ਢਿੱਡ ਖੁੱਲੂਗਾ ਆਂਦਰਾਂ ਭੁੱਖ ਮੰਨਣ ਗਿਆ ਕਮਰ कसे ਬੰਨ ਕੇ ਢਿੱਡਾਂ ਨੂੰ ਇੰਨਾ-ਇੰਨਾ ਕਰ ਲਿਆ ਤੇ 40 ਦਿਨ ਜੁੱਧ ਲੜਿਆ ਸੀਗਾ 10 ਲੱਖ ਫੌਜ ਦਿੱਲੀੋਂ ਆਈ ਸੀ ਤੇ ਜੋ ਇੱਥੋਂ ਬਾਈ ਧਾਰ ਦੇ ਰਾਜੇ Hindu ਰਾਜੇ ਸੀਗੇ ਉਹਨਾਂ ਦੀਆਂ ਫੌਜਾਂ ਵੱਖਰੀਆਂ ਤੇ ਫਿਰ ਉਹ ਕਿਸ ਤਰ੍ਹਾਂ ਕਿਹੜੇ ਬੱਕਰਿਆਂ ਦੇ ਸਿਰ ਤੇ ਉਹਨਾਂ ਨੇ ਤੇ ਕਿਹੜੀ ਭੰਗ ਦੇ ਸਿਰ ਤੇ ਉਹਨਾਂ ਨੇ ਜੁੱਧ ਜਿੱਤਿਆ ਸੀਗਾ ਨਹੀਂ ਇਤਿਹਾਸ ਦੀ ਡੰਗਾਈ ਵਿੱਚ ਜਾ ਕੇ ਦੇਖੋ 2 ਦਿਨ 4 ਦਿਨ ਨਹੀਂ ਰਿਹਾ ਜਾ ਸਕਦਾ ਭੁੱਖਾ ਪਾਣੀ ਬਿਨਾ ਅੰਨ ਬਿਨਾ 40 ਦਿਨ ਦਾ ਜੁੱਧ ਛੱਲਿਆ ਤੇ ਉਹ ਕਿਹੜੀ ਸੀ ਉਹ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸ਼ਬਦ ਦੀ ਤਾਕਤ ਉਹਨਾਂ ਨੂੰ ਬ੍ਰਹਮ ਗਿਆਨ ਦੇ ਵਿੱਚ ਇੰਨਾ ਅਲਿਪਤ ਕਰ ਦਿੱਤਾ ਸੀ ਸ਼ਬਦ ਦੀ ਕਮਾਈ ਦੇ ਵਿੱਚ ਅੰਤਰਗਤ ਸੁਰਤੀ ਨੂੰ ਇਹਨਾਂ ਡੂੰਘਾ ਕਰ ਦਿੱਤਾ ਸੀਗਾ ਕਿ ਉਹ ਜਿਹੜੇ ਗੁਰਮਖ ਸੀਗੇ ਉਹ ਪੌਣ ਪਾਣੀ ਦੀ ਖੁਰਾਕ ਤੋਂ ਦੁਨਿਆਵੀ ਖੁਰਾਕ ਤੋਂ ਇਹ ਉਸ ਤੋਂ ਉਪਰ ਉੱਠ ਚੁੱਕੇ ਸੀ ਜਿਹੜਾ ਮਹਾਰਾਜ ਨੇ ਕਿਹਾ ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਸ਼ਮਾ ਤਨਪ੍ਰੀਤ ਦਸਵੇਂ ਪਾਤਸ਼ਾਹ ਕਹਿੰਦੇ ਅਲਪ ਹਾਰੀ ਹੋ ਚੁੱਕੇ ਸੀ ਜੋ ਗੁਰੂ ਨਾਨਕ ਦੇਵ ਜੀ ਦੀਆਂ ਆਪ ਸਾਖੀਆਂ ਪੜ੍ਹਦੇ ਆ ਕਿ ਜਦੋਂ ਮਹਾਰਾਜ ਬੜੀ ਦੂਰ ਦੂਰ ਉਦਾਸੀ ਕਰਨ ਜਾਂਦੇ ਆ ਉਦਾਸੀ ਦੇ ਵਿੱਚ ਉਹ ਕਿਹੜਾ ਨਾਲ ਆਪਦੇ ਅਨਾਜ ਬਣਾ ਕੇ ਨਾਲ ਲੈ ਕੇ ਜਾਂਦੇ ਸੀ ਰੋਟੀਆਂ ਪ੍ਰਸ਼ਾਦ ਦੇ ਨਾਲ ਲੈ ਕੇ ਜਾਂਦੇ ਸੀ ਵੀ ਮੈਨੂੰ ਪਾ ਦਿਓ ਮੈਂ ਬਾਹਰ ਜਾਣਾ ਉਹਨਾਂ ਦੀ ਜਦੋਂ ਸਾਖੀਆਂ ਪੜ੍ਹੀਏ ਇੱਕ ਪ੍ਰਾਣ ਸੰਗਲੀ ਨਾਮ ਦਾ ਗੁਰਮਖੋ ਗ੍ਰੰਥ ਹੈ ਗੁਰੂ ਗ੍ਰੰਥ ਜੀ ਦੀ ਸਮਝ ਤਾਂ ਆਵੇਗੀ ਜਦੋਂ ਨਾਲ ਹੋਰ ਵੀ ਕਾਫੀ ਗ੍ਰੰਥਾਂ ਨੂੰ ਪੜਾਂਗੇ ਫਿਰ ਇਹਨਾਂ ਦੇ ਵਿੱਚ ਦਿੱਤੇ ਹੋਏ ਸੰਦਰਭ ਦੀ ਸਮਝ ਆਉਂਦੀ ਹੈ ਗੁਰੂ ਨਾਨਕ ਦੇਵ ਪਾਸ ਐਸੀ ਤਾਕਤ ਸੀਗੀ ਕਿ ਜਿਹੜਾ ਸਰੀਰ ਦਾ ਭੋਜਨ ਸੀਗਾ ਉਹਨਾਂ ਦੀ ਸੁਰਤੀ ਇੰਨੀ ਬिवेਕ ਸੀ ਦੁਨਿਆਵੀ ਤੌਰ ਤੇ ਸਰੀਰ ਦਾ ਭੋਜਨ ਨਾ ਵੀ ਸ਼ੱਕਦੇ ਇਸ ਪੌਣ ਦੇ ਵਿੱਚੋਂ ਸਿੱਧਾ ਹੀ ਆਪਦੇ ਸਰੀਰ ਦੀ ਖੁਰਾਕ ਲੈ ਲੈਂਦੇ ਸੀ ਜਿੰਨੂੰ ਮਹਾਰਾਜ ਕਹਿੰਦੇ ਨੇ ਬਾਬੇ ਤਾਰੇ ਚਾਰੇ ਚੱਕ ਨੌ ਖੰਡ ਪ੍ਰਿਥਮੀ ਸੱਚਾ ਢੋਆ ਵੀ ਬਾਬੇ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਹੀ ਪ੍ਰਚਾਰ ਨਹੀਂ ਕੀਤਾ ਤਾਰਿਆ ਨਹੀਂ ਨੌ ਖੰਡਾਂ ਦੀ ਪ੍ਰਿਥਮੀ ਤੇ ਜਾ ਕੇ ਵੀ ਸੱਚੇ ਪਾਤਸ਼ਾਹ ਨੇ ਪ੍ਰਚਾਰ ਕੀਤਾ ਗੁਰਬਾਣੀ ਦੇ ਫਰਮਾਨ ਨੇ ਹੁਣ ਆਪਣੀ ਤਾਂ ਸਮਝ ਤੋਂ ਗੱਲਾਂ ਬਾਹਰ ਹੋ ਜਾਂਦੀਆਂ ਨੇ ਤੇ ਫਿਰ ਆਪਾਂ ਕਹਿ ਦਿੰਦੇ ਆ ਵੀ ਝੂਠ ਲਿਖਤਾ ਕਿਸੇ ਨੇ ਸ਼ਬਦ ਜਿਹੜਾ ਹੈ ਜਦੋਂ ਅਨਹਦ ਸ਼ਬਦ ਦੀ ਆਵਾਜ਼ ਸਾਡੇ ਅੰਤਰਗਤ ਚੱਲਦੀ ਹੈ ਜਦੋਂ ਆਪਾਂ ਉਸ ਨੂੰ ਸੁਣਦੇ ਹਾਂ ਸਹਿਜ ਸੁਭਾਅ ਅੰਮ੍ਰਿਤ ਦਾ ਬਹਾ ਸਾਡੇ ਮੁਖ ਦੇ ਵਿੱਚ ਇੰਨਾ ਵੱਧ ਜਾਂਦਾ ਹੈ ਸਾਨੂੰ ਬਾਹਰਲੀ ਤਾਕਤ ਬਾਹਰਲੇ ਸਰੀਰ ਦੀ ਖੁਰਾਕ ਦੀ ਲੋੜ ਹੀ ਨਹੀਂ ਪੈਂਦੀ ਪਰ ਉਹ ਕਿਰਪਾ ਵੀਰਲੇ ਗੁਰਮਖਾਂ ਦੇ ਹੁੰਦੀ ਹੈ ਹੁਣ 40 ਸਿੰਘਾਂ ਨੇ 40 ਗੁਰਮਖ ਰਹਿ ਗਏ 40 ਸਿੰਘਾਂ ਨੇ ਦੇਖੋ ਕਿੰਨੀ ਵੱਡੀ ਜਿੱਤ ਪ੍ਰਾਪਤ ਕੀਤੀ ਹੁਣ ਉਹ ਜਿੱਤ ਪ੍ਰਾਪਤ ਕਰਨ ਦੇ ਵਿੱਚ ਮਰ ਜੀਵੜੇ ਗੁਰਮਖ ਸੀਗੇ ਜਿਨ੍ਹਾਂ ਨੇ ਆਪ ਦਾ ਇੰਨਾ ਵੱਡਾ ਆਤਮਿਕ ਬਲ ਆਪਦੇ ਪਰਿਵਾਰ ਆਪਦੀਆਂ ਕੁਲਾਂ ਆਪਦਾ ਸਰਬੰਸਵਾਰ ਦਿੱਤਾ ਹੁਣ ਆਪਾਂ ਵੇਖੀਏ ਕਿ ਅੱਜ ਜਿਹੜਾ ਸਮਾਂ ਆ ਗਿਆ ਜੋ ਮਹਾਰਾਜ ਨੇ ਆਪਾਂ ਨੂੰ ਸ਼ਸਤਰ ਦਿੱਤੇ ਆਪਾਂ ਸ਼ਸਤਰ ਵਿਦਿਆ ਦੇ ਕਿੰਨੇ ਕੁ ਧਣੀ ਆ ਭੁੱਲ ਗਏ ਆ ਜਾਂ ਯਾਦ ਹੈ ਜੋ ਗੁਰਬਾਣੀ ਗੁਰੂ ਗੁਰ ਗ੍ਰੰਥ ਸਾਹਿਬ ਜੀ ਵਾਸਤੇ ਉਹਨਾਂ ਨੇ ਸ਼ੀਧੀਆਂ ਦਿੱਤੀਆਂ ਆਪਾਂ ਕਿੰਨੇ ਕੁ ਘਰਾਂ ਦੇ ਵਿੱਚ ਗੁਰਬਾਣੀ ਪੜ੍ਹਦੇ ਆ ਜਾਂ ਆਪ ਬਾਣੀ ਪੜ੍ਹਦੇ ਆ ਜਾਂ ਸਾਡੇ ਬੱਚੇ ਪੜ੍ਹਦੇ ਆ ਗੱਲ ਮੱਥਾ ਟੇਕਣ ਦੀ ਨਹੀਂ ਮੱਥਾ ਤਾਂ ਕਿਸੇ ਨੂੰ ਵੀ ਟੇਕਿਆ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਣ ਤੱਕ ਨਹੀਂ ਸੀਮਤ ਰੱਖੇ ਗਏ ਮੱਥਾ ਤਾਂ ਅਸੀਂ ਟੇਕਦੇ ਹਾਂ ਕਿ ਇਹਨਾਂ ਵਿੱਚ ਬ੍ਰਹਮ ਵਿਦਿਆ ਹੈ ਖੇੜ ਹੈ ਪਰ ਪੜਦੇ ਅਸੀਂ ਕਿੰਨੇ ਕ ਹੁਣ ਜੇ ਆਪਾਂ ਆਪ ਪੜਨ ਜੋਗੇ ਹੋਈਏ ਤੇ ਫਿਰ ਸਾਨੂੰ ਕਿਸੇ ਦੂਸਰੇ ਦੀ ਵੀ ਕਾਣ ਨਹੀਂ ਰਹਿੰਦੀ ਹੁਣ ਆਪਾਂ ਆਪ ਪੜਦੇ ਨਹੀਂ ਤੇ ਦੂਸਰਾ ਵੀ ਸਾਨੂੰ ਇਹ ਚਾਹੀਦਾ ਵੀ ਬਿਲਕੁਲ ਸਾਰਾ ਕੋਈ ਇਹੀ ਪੜ ਕੇ ਸੁਣਾਵੇ ਹੁਣ ਸਾਰੀ ਜ਼ਿੰਮੇਵਾਰੀ ਸਾਰੇ ਪਿੰਡਾਂ ਇਲਾਕਿਆਂ ਵਿੱਚ ਗ੍ਰੰਥੀ ਸਿੰਘਾਂ ਤੇ ਆ ਗਈ ਉਹ ਵੀ ਕੋਈ ਵਿਰਲੇ-ਵਿਰਲੇ ਰਹਿ ਗਏ ਤੇ ਜੇ ਆਪ ਆਪ ਪੜਾਂਗੇ ਜੋ ਅਖੰਡ ਪਾਠ ਸਾਹਿਬ ਦੀ ਸਹਿਜ ਪਾਠ ਦੀ ਜੋ ਪਾਠ ਦੀ ਮਰਿਆਦਾ ਅਸਲ ਵਿੱਚ ਮਰਿਆਦਾ ਹੈ ਵੀ ਜਿਸ ਨੇ ਵੀ ਰੱਖਣਾ ਹੈ ਅਖੰਡ ਪਾਠ ਸਾਹਿਬ ਰੱਖਣਾ ਹੈ ਸਹਿਜ ਪਾਠ ਰੱਖਣਾ ਹੈ ਮਰਿਆਦਾ ਉਸ ਦੀ ਹੈ ਕਿ ਪਹਿਲੋਂ ਆਪ ਦਾ ਪਰਿਵਾਰ ਰਲ ਕੇ ਪਾਠ ਕਰੇ ਜੇ ਪਰਿਵਾਰ ਦੇ ਵਿੱਚ ਜੀ ਪੂਰੇ ਨਹੀਂ ਹੁੰਦੇ ਫਿਰ ਰਿਸ਼ਤੇਦਾਰ ਸੰਗੀਆਂ ਸੰਜੋਗੀਆਂ ਦੇ ਵਿੱਚੋਂ ਜੀ ਬੁલાਏ ਜਾਣ ਬਈ ਆਓ ਆਪਾਂ ਪਾਠ ਕਰਨਾ ਸਾਡੇ ਪਰਿਵਾਰ 'ਚ ਪੂਰੇ ਨਹੀਂ ਹੁੰਦੇ ਜੇ ਰਿਸ਼ਤੇਦਾਰ ਸੰਗੀਆਂ ਸੰਜੋਗੀਆਂ ਵਿੱਚੋਂ ਨਹੀਂ ਹੁੰਦੇ ਫਿਰ ਪਿੰਡ ਦੇ ਵਿੱਚੋਂ ਪੁੱਛ ਲਿਆ ਜਾਵੇ ਵੀ ਕੋਈ ਪੰਜ ਚਾਰ ਆਪਾਂ ਰਲ ਕੇ ਕਰੀਏ ਤੇ ਜੇ ਪਿੰਡੋਂ ਵੀ ਨਹੀਂ ਪੂਰੇ ਹੁੰਦੇ ਤੇ ਫਿਰ ਆਉਂਦੀ ਗਰੰਥੀ ਸਿੰਘਾਂ ਦੀ ਜਗ੍ਹਾ ਵੈਸੇ ਤਾਂ ਗੁਰੂ ਘਰ ਨੂੰ ਵਜ਼ੀਰ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਵਜ਼ੀਰ ਦੀ ਡਿਊਟੀ ਨਹੀਂ ਪਰ ਜੋ ਮਰਿਆਦਾ ਹੈ ਉਹ ਇਹ ਹੈ ਪਹਿਲੋ ਪਰਿਵਾਰ ਪੜੇ ਜੇ ਪਰਿਵਾਰ ਨਹੀਂ ਪੜਦਾ ਫਿਰ ਇਸ ਰਿਸ਼ਤੇਦਾਰੀ ਵਿੱਚੋਂ ਪੁੱਛ ਲਓ ਜੇ ਰਿਸ਼ਤੇਦਾਰਾਂ ਦੇ ਵਿੱਚ ਨਹੀਂ ਬਣਦੀ ਗੱਲ ਫਿਰ ਪਿੰਡੋਂ ਪੁੱਛ ਲਓ ਫਿਰ ਗਰੰਤੀ ਸਿੰਘ ਨੂੰ ਆਖੋ ਅੱਜ ਆਪਣੇ ਨਾਂ ਦਾ ਕੋਈ ਰਿਸ਼ਤੇਦਾਰੀ 'ਚ ਪੜਨ ਵਾਲਾ ਨਾ ਪਿੰਡ 'ਚ ਕੋਈ ਪੜਨ ਵਾਲਾ ਨਾ ਪਰਿਵਾਰ 'ਚੋਂ ਪੜਨ ਵਾਲਾ ਤੇ ਸਾਰੀ ਜ਼ਿੰਮੇਵਾਰੀ ਗਰੰਤੀ ਸਿੰਘਾਂ ਤੇ ਹੈ ਉਹਨਾਂ ਨੇ ਸਾਰਿਆਂ ਨਾਲ ਪੂਰੇ ਉਤਰਨਾ ਹੁੰਦਾ ਇਸ ਕਰਕੇ ਉਹਨਾਂ 'ਚ ਗਲਤੀਆਂ ਫੁਲਤੀਆਂ ਰਹਿ ਜਾਂਦੀਆਂ ਨੇ ਮਾਮੂਲੀ ਗੱਲ ਐ ਫਿਰ ਉਹਨਾਂ ਦੀ ਇੱਕ ਗਲਤੀ ਨੂੰ ਵੀ ਆਪਾਂ ਬੜਾ ਵੱਡਾ ਕਰਕੇ ਚਤਾਰਨੇ ਆ ਪਰ ਸਭ ਤੋਂ ਪਹਿਲੀ ਗਲਤੀ ਆਪਣੀ ਐ ਵੀ ਆਪਾਂ ਆਪ ਬਾਣੀ ਨਹੀਂ ਪੜਦੇ ਪਰਿਵਾਰ ਆਪਣਾ ਨਹੀਂ ਬਾਣੀ ਪੜਦਾ ਬੱਚੇ ਆਪਣੇ ਨਹੀਂ ਬਾਣੀ ਪੜਦੇ ਆਪਾਂ ਕਹਿ ਦਿੰਨੇ ਆ ਵੀ ਗੁਰੂ ਕਿਰਪਾ ਕਰੇ ਤੇ ਗੁਰੂ ਕਿਰਪਾ ਨਹੀਂ ਕਰਦਾ ਜੋ ਇਸ ਤਰ੍ਹਾਂ ਤਰੁਟੀਆਂ ਕਰਨ ਵਾਲੇ ਸੀਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜੋ ਹਾਲਾਂਕਿ ਗੁਰੂ ਘਰ ਦੇ ਉਹ ਪ੍ਰਚਾਰਕ ਸੀ ਪਰ ਗੁਰੂ ਘਰ ਦਾ ਪ੍ਰਚਾਰ ਕਰ ਕਰਕੇ ਪੈਸਾ ਖਾਣਾ ਸ਼ੁਰੂ ਕਰ ਦਿੱਤਾ ਝੂਠ ਮਾਰਨੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਮਸੰਦ ਕਹਿੰਦੇ ਆ ਤੇ ਉਹਨਾਂ ਮਸੰਦਾਂ ਨੂੰ ਚੁੱਕ ਕੇ ਗੁਰੂ ਸਾਹਿਬ ਨੇ ਬੜੇ ਵੱਡੇ ਕੜਾਏ ਦੇ ਵਿੱਚ ਪਾ ਕੇ ਸਾੜਦਾ ਸੀ ਲੋਕ ਕਹਿਣ ਵੀ ਇਹ ਇੰਨਾ ਵੱਡਾ ਪਾਪ ਕਰਤਾ ਗੁਰੂ ਨੇ ਪਰ ਨਹੀਂ ਗੁਰੂ ਦੀ ਕਹਾਣੀ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਸੋ ਆਪਾਂ ਜਦੋਂ ਸਿੱਖੀ ਦੇ ਵਿੱਚ ਗੁਰੂ ਸਿਧਾਂਤਾਂ ਦੇ ਵਿੱਚ ਸ਼ਬਦ ਦੀ ਕਮਾਈ ਵਿੱਚ ਅੰਦਰਲੇ ਸੁਰਤੀ ਦੇ ਗਿਆਨ ਵਿੱਚ ਆ ਗਏ ਗੁਰਬਾਣੀ ਨੂੰ ਪੜ੍ਹਨ ਲੱਗ ਗਏ ਫਿਰ ਗੁਰੂ ਦੀ ਕਿਰਪਾ ਹੋਏਗੀ ਉਸ ਤਰ੍ਹਾਂ ਨਹੀਂ ਪਹਿਲਾਂ ਗੁਰੂ ਵਾਲੇ ਬਣੀਏ ਤੇ ਗੁਰੂ ਵਾਲਾ ਸਿਰਫ ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਜੇ ਅਮਰਤ ਛਕ ਲਿਆ ਤੇ ਗੁਰੂ ਵਾਲੇ ਬਣ ਗਏ ਨਹੀਂ ਅਮ ਕਰਪਾਣ ਪਾ ਕੇ ਜਾਂ ਕਕਾਰ ਧਾਰਨ ਕਰਕੇ ਨਹੀਂ ਗੁਰੂ ਵਾਲਾ ਬਣਿਆ ਜਾ ਸਕਦਾ ਗੁਰੂ ਵਾਲਾ ਬਣਨ ਦੇ ਲਈ ਪਹਿਲੋਂ ਗੁਰੂ ਦੀ ਸਿੱਖਿਆ ਜ਼ਰੂਰੀ ਹੈ ਆਪਾਂ ਕਿਰਪਾਨ ਪਾ ਲਈਏ ਅੰਮ੍ਰਿਤ ਛਕ ਲਈਏ ਪੰਜ ਚਾਰ ਸਾਲਾਂ ਬਾਅਦ ਜਾ ਕੇ ਫੇਰ ਸਾਡਾ ਨਸ਼ੇ ਪਾਣੀ ਨੂੰ ਜੀ ਕਰ ਜਾਵੇ ਫੇਰ ਸਾਡਾ ਝੂਠ ਬੋਲਣ ਨੂੰ ਜੀ ਕਰ ਜਾਵੇ ਫੇਰ ਸਾਡਾ ਪਰਤਰੀ ਪਰ ਰੂਪ ਨੂੰ ਦਿਲ ਕਰ ਜਾਵੇ ਫੇਰ ਕਦੇ ਗੁਰੂ ਵਾਲੇ ਅਸੀਂ ਉਹ ਗੁਰੂ ਵਾਲਾ ਕੀ ਵੀ ਜਿਹੜਾ ਰੋਜ਼ ਕਦੇ ਗੁਰੂ ਵਾਲਾ ਬਣ ਗਿਆ ਕਦੇ ਬੇਗੁਰਾ ਹੋ ਗਿਆ ਕਦੇ ਗੁਰੂ ਵਾਲਾ ਬਣ ਗਿਆ ਕਦੇ ਬੇਗੁਰਾ ਹੋ ਗਿਆ ਇਹ ਤੁਹਾਨੂੰ ਨਾ ਗੁਰੂ ਵਾਲਾ ਹੁੰਦਾ ਗੁਰੂ ਵਾਲਾ ਬਣਿਆ ਜਾਂਦਾ ਹੈ ਪਹਿਲੋਂ ਗੁਰਬਾਣੀ ਗੁਰੂ ਦੇ ਵਿੱਚੋਂ ਗੁਰੂ ਦੀਆਂ ਬਾਤਾਂ ਸਿੱਖੋ ਵੇਖੋ ਵੀ ਗੁਰੂ ਸਾਡਾ ਸਾਨੂੰ ਕਹਿੰਦਾ ਕੀ ਹੈ ਫਿਰ ਜੇ ਇਹਨਾਂ ਸਿਧਾਂਤਾਂ ਦੇ ਉੱਪਰ ਆਪਾਂ ਚੱਲ ਸਕਦੇ ਆਂ ਸਿਮਰਨ ਕਰ ਸਕਦੇ ਆਂ ਬਾਣੀ ਪੜ ਸਕਦੇ ਆਂ ਫਿਰ ਉਸ ਤੋਂ ਬਾਅਦ ਜਿਹੜਾ ਅੰਮ੍ਰਿਤ ਦਾ ਲਾਹਾ ਲੈਣਾ ਹੈ ਫਿਰ ਆਪਾਂ ਕਿਰਪਾਨ ਪਾਉਣੀ ਹੈ ਤੇ ਜੇ ਆਪਾਂ ਪਹਿਲੋ ਗਿਆਨ ਤੇ ਹੀ ਨਹੀਂ ਚੱਲ ਸਕਦੇ ਸਿੱਧਾ ਕਿਰਪਾਨ ਪਾ ਕੇ ਆ ਗਿਆ ਆਪਾਂ ਗੁਰੂ ਵਾਲੇ ਬਣ ਕੇ ਗੁਰੂ ਵਾਲੇ ਨਹੀਂ ਬਣ ਸਕਦੇ ਮਾਫ ਕਰਿਓ ਇਹ ਗੁਰੂ ਦਾ ਕੋਈ ਸਿਧਾਂਤ ਨਹੀਂ ਹੈਗਾ ਪਿਓ ਨੂੰ ਉਸ ਤਰ੍ਹਾਂ ਮੱਥਾ ਟੇਕੀ ਜਾਈਏ ਉਸ ਤਰ੍ਹਾਂ ਪਿਓ ਨੂੰ ਕਹੀਏ ਵੀ ਤੂੰ ਕੱਪੜੇ ਲੈ ਲਾ ਉਸ ਤਰ੍ਹਾਂ ਤੂੰ ਕਹਿ ਦਈਏ ਵੀ ਤੈਨੂੰ ਸੋਨਾ ਘਰ ਬਣਾ ਦਿੰਨੇ ਆ ਤੈਨੂੰ ਗੱਡੀ ਲੈ ਦਿੰਨੇ ਆ ਸਾਰੇ ਵਚਨ ਕਰ ਲਈਏ ਪਰ ਜੇ ਬਾਪ ਕਹਿੰਦਾ ਮੇਰਾ ਆ ਗੱਲ ਮੰਨ ਲਾ ਆ ਵਚਨ ਮੰਨ ਲਾ ਉਹ ਮੰਨਣਾ ਨਹੀਂ ਤੇ ਜੇ ਬਾਪ ਦਾ ਅਸੀਂ ਵਚਨ ਨਹੀਂ ਮੰਨਣਾ ਜਿੰਨੀ ਮਰਜ਼ੀ ਅਸੀਂ ਰਹਿਤ ਰੱਖ ਲਈਏ ਉਹ ਰਹਿਤ ਨਹੀਂ ਮੰਨੀ ਜਾਂਦੀ ਸੋ ਆਓ ਜੋ ਆਪਣਾ ਅੱਜ ਸੱਚੇ ਪਾਤਸ਼ਾਹ ਜੀ ਦਾ ਦਿਹਾੜਾ ਮਨਾਇਆ ਹੈ ਰਲ ਮਿਲ ਕੇ ਆਪਾਂ ਸਾਰਿਆਂ ਨੇ ਲਾਹਾ ਲਿਆ ਹੈ ਕੱਲ ਪੂਰੇ ਨਗਰ ਦੇ ਵਿੱਚ ਕੀਰਤਨ ਨਗਰ ਕੀਰਤਨ ਦੇ ਰੂਪ ਵਿੱਚ ਸੰਗਤਾਂ ਨੇ ਲਾਹੇ ਲਏ ਨੇ ਸੋ ਆਓ ਸਾਰੇ ਰਲ ਮਿਲ ਕੇ ਜੋ ਸਤਿਗੁਰਾਂ ਪਾਸੋਂ ਬਖਸ਼ਿਆ ਹੋਇਆ ਗੁਰਮੰਤਰ ਹੈ ਜੋ ਸਤਿਗੁਰਾਂ ਪਾਸੋਂ ਬਖਸ਼ਿਸ਼ ਕੀਤਾ ਹੋਇਆ ਵਹਿਗੁਰੂ ਦਾ ਗੁਰਮੰਤਰ ਹੈ ਆਓ ਥੋੜੀ देर ਉਸ ਦਾ ਪਜਾਪ ਕਰੀਏ ਇੱਕ ਇੱਕ ਸਵਾਸ ਜਮਾ ਕਰਕੇ ਜਦੋਂ ਆਪਾਂ ਆਪ ਦੀ ਭਗਤੀ ਦਾ ਧਨ ਜਮਾ ਕਰਵਾਵਾਂਗੇ ਉਸ ਤੋਂ ਬਾਅਦ ਜਦੋਂ ਸਾਡਾ ਸ਼ਬਦ ਦੇ ਅਭਿਆਸ ਦੇ ਨਾਲ ਸੇਵਾ ਦੇ ਨਾਲ ਭਗਤੀ ਦਾ ਧਨ ਜਮਾ ਹੋ ਗਿਆ ਫਿਰ ਸਾਡੇ ਉੱਤੇ ਗੁਰੂ ਸਾਹਿਬ ਨੇ ਕਿਰਪਾ ਕਰਨੀ ਹੈ ਸੋ ਆਓ ਸਾਰੇ ਗੁਰਮਖਾਂ ਨੂੰ ਬੇਨਤੀ ਹੈ ਵੀ ਨੇਤਰ ਬੰਦ ਕਰ ਲਓ 2-4 ਮਿੰਟ ਆਪਾਂ ਵਾਹਿਗੁਰੂ ਗੁਰਮੰਤਰ ਦਾ ਸਵਾਸ ਗ੍ਰਾਸ ਜਾਪ ਕਰਾਂਗੇ ਜੋ ਸ਼ਬਦ ਆਪਾਂ ਨੂੰ ਦਿੱਤਾ ਹੈ ਜੋ ਬਾਣੀ ਆਪਾਂ ਨੂੰ ਦਿੱਤੀ ਹੈ ਇਸ ਨੂੰ ਪੜ੍ਹਨਾ ਹੈ ਸ਼ਬਦ ਨੂੰ ਜਪਣਾ ਹੈ ਸ਼ਸਤਰ ਵਿਦਿਆ ਸਿੱਖਣੀ ਹੈ ਫਿਰ ਜੋ ਵੀ ਆਪਾਂ ਸਤਿਗੁਰ ਅੱਗੇ ਬੇਨਤੀ ਕਰਾਂਗੇ ਉਹ ਨੇੜੇ ਹੋ ਕੇ ਸੁਣਦੇ ਆ ਤੇ ਜਿੰਨੀ ਦੇਰ ਤੱਕ ਸਾਡੀ ਆਪ ਦੀ ਭਗਤੀ ਨਹੀਂ ਆਪ ਦਾ ਸੀ ਜਾਪ ਨਹੀਂ ਕੀਤਾ ਸਿਮਰਨ ਨਹੀਂ ਕਰਦੇ ਸਵਾਸਾਂ ਦਾ ਧੰਨ ਅਸੀਂ ਜਮਾ ਨਹੀਂ ਕਰਾਉਂਦੇ ਫਿਰ ਉਵੇਂ ਹੀ ਆਪਾਂ ਸਤਿਗੁਰ ਨੂੰ ਬੇਨਤੀਆਂ ਕਰੀ ਜਾਈਏ ਵੀ 500 ਦਾ ਮੱਥਾ ਟੇਕ ਕੇ ਬੇਨਤੀ ਕਰਾਦੀ ਆ 1000 ਦਾ ਮੱਥਾ ਟੇਕ ਕੇ ਬੇਨਤੀ ਕਰਾਦੀ ਉਹ ਬੇਨਤੀ ਕਬੂਲ ਹੀ ਨਹੀਂ ਹੁੰਦੀ ਕਿਉਂਕਿ ਸਤਗੁਰੂ ਨੂੰ ਦੁਨਿਆਵੀ ਧਨ ਨਹੀਂ ਚਾਹੀਦਾ ਦੁਨਿਆਵੀ ਧਨ ਤਾਂ ਉਲਟਾ ਉਹ ਸਾਨੂੰ ਦਿੰਦਾ ਪਿਆ ਇਹ ਪਹਾੜ ਪਰਬਤ ਧਰਤੀਆਂ ਸਭ ਕੁਝ ਉਸ ਦਾ ਹੈ ਤੇ ਅਸੀਂ ਇੱਕ ਧਰਤੀ ਗੁਰਦੁਆਰੇ ਦੇ ਨਾਮ ਲੋਵਾ ਦਈਏ ਤੇ ਕਹਿ ਦਈਏ ਵੀ ਸਾਡੀਆਂ ਮੁਰਾਦਾ ਪੂਰੀਆਂ ਹੋ ਜਾਣਗੀਆਂ ਤੇ ਉਹਦੇ ਕੋਲ ਤਾਂ ਬੜੀਆਂ ਵੱਡੀਆਂ ਵੱਡੀਆਂ ਧਰਤੀਆਂ ਨੇ ਖੰਡਾਂ ਪਰਵੰਡਾਂ ਨੂੰ ਪਾਲਦਾ ਪਿਆ ਉਹ ਉਹਨੂੰ ਤਾਂ ਸਾਡਾ ਆਪਾ ਚਾਹੀਦਾ ਹੈ ਗੁਰੂ ਨੂੰ ਗੁਰੂ ਨੂੰ ਪੈਸਾ ਧਨ ਨਹੀਂ ਗੁਰੂ ਸਾਡੇ ਮਨ ਦਾ ਆਪਾ ਮੰਗਦਾ ਹੈ ਆਪ ਸਵਾਰੈ ਮੈਂ ਮਿਲੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੈ ਤੂੰ ਮੇਰਾ ਹੋ ਕੇ ਰਹਿ ਬਸ ਹੋਰ ਆਪਾਂ ਨੂੰ ਕੋਈ ਮਕਸਦ ਨਹੀਂ ਮੈਂ ਤੇਰੇ ਤੋਂ ਗੋਲਕ ਨਹੀਂ ਮੰਗਦਾ ਉਹ ਉਹ ਆਪਣੀ ਸ਼ਰਤ ਹੈ ਉਹ ਇੱਕ ਵੱਖਰੀ ਗੱਲ ਹੈ ਪਰ ਗੁਰੂ ਜਿਹੜਾ ਹੈ ਉਹ ਸਾਡੇ ਤਨ ਮਨ ਧਨ ਦੀ ਫੀਸ ਮੰਗਦਾ ਹੈ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਸਾਡਾ ਆਸ ਹੋ ਸਬਣਾ ਕੀ ਰੇਣ ਕਾ ਤੁਹਾਉ ਉਹ ہمارے ਬਾਸ ਸਵਾਹੋ ਨੀਤਰ ਬੰਦ ਕਰਕੇ ਸੰਗ ਸ਼ਰਮ ਲੋਕ ਲੱਜਾ ਨਹੀਂ ਕਰਨੀ ਸੰਗਤ ਦੇ ਘਰ ਦੇ ਵਿੱਚ ਬੈਠੇ ਆ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਆ ਰਲ ਮਿਲ ਕੇ ਸਾਰੇ ਨੇ ਬੋਲ ਬੋਲ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਨਾ ਹੈ ਉਸ ਤੋਂ ਪਰੰਤ ਅਨੰਦ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਹੋਵੇਗੀ ਜੋ ਸਮਾਗਮ ਨੇ ਉਹ ਸੰਪੂਰਨਤਾ ਦੀ ਤਰਫ ਵਧਣਗੇ ਸਵਾਹੋ ਨੀਤਰ ਬੰਦ ਕਰਕੇ ਬੋਲ ਬੋਲ ਕੇ ਵਾਹਿਗੁਰੂ ਦਾ ਜਾਪ ਕਰੀਏ ਜੀ ਵਾਹਿ ਗੁਰੂ ਵਾਹਿ Guru, why, 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 guru. Hoy, why guru Hoy Hoy, guru guru why guru why guru 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 why guru guru I guru why guru I guru guru why guru why guru why guru why guru guru ਵਾਹ ਗੁਰੂ 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 ਵਾਹਿ 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 ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋ ਇਹੀ ਬੇਨਤੀਆਂ ਨੇ ਗੁਰਬਾਣੀ ਗੁਰੂ ਦੇ ਨਾਲ ਜੁੜ ਕੇ ਸ਼ਬਦ ਦੀ ਵਿਚਾਰ ਕਰੀਏ ਸ਼ਬਦ ਅਭਿਆਸ ਕਰੀਏ ਘਰਾਂ ਦੇ ਵਿੱਚ ਆਪਣੇ ਜਦੋਂ ਸਿਮਰਨ ਦਾ ਅਭਿਆਸ ਸ਼ੁਰੂ ਹੋ ਗਿਆ ਦੁਬਾਰਾ ਵਿਸ਼ੇਵਕਾਰ ਨਸ਼ਿਆਂ ਦੀਆਂ ਜੋ ਚੱਲ ਰਹੀਆਂ ਲਹਿਰਾਂ ਨੇ ਇਹ ਖਤਮ ਹੋ ਜਾਣਗੀਆਂ ਗੁਰਮੰਤਰ ਦੀ ਤਾਕਤ ਦੇ ਨਾਲ ਗਿਆਨ ਦੀ ਤਾਕਤ ਦੇ ਨਾਲ ਹੀ ਸਾਰਾ ਸੁਧਾਰ ਆਉਂਦਾ ਹੈ ਸੋ ਬਹੁਤ ਆਪਾਂ ਗੁਰੂ ਸਾਹਿਬ ਜੀ ਦੀਆਂ ਜੋ ਬਖਸ਼ਿਸ਼ਾਂ ਲੈਣੀਆਂ ਨੇ ਜੋ ਗੁਰਗੋ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਤੇ ਆਪਾਂ ਪੂਰਨ ਉਤਰੀਏ ਭਾਈ ਸਾਹਿਬ ਜੀ ਨੇ ਅੱਗੇ ਇਤਿਹਾਸ ਦੀ ਵਿਚਾਰ ਸੁਣਾਈ ਹੈ ਇਤਿਹਾਸ ਦੀ ਵਿਚਾਰ ਦੇ ਨਾਲ ਸ਼ਬਦ ਦਾ ਅਭਿਆਸ ਸ਼ਬਦ ਦੀ ਵਿਚਾਰ ਇਹ ਸਾਰੇ ਹੀ ਬਹੁਤ ਵਿਸ਼ੇ ਹੁੰਦੇ ਨੇ ਧਰਮ ਇੱਕ ਬੜਾ ਵੱਡਾ ਰੁੱਖ ਹੈ ਉਹਦੇ ਵਿੱਚ ਰੁੱਖ ਵਿੱਚ ਪੱਤੇ ਹੁੰਦੇ ਟਾਹਣੀਆਂ ਹੁੰਦੀਆਂ ਨੇ ਤਣੇ ਹੁੰਦੇ ਨੇ ਉਦੀ ਸਾਖ ਹੁੰਦੀ ਹੈ ਇਸੇ ਤਰ੍ਹਾਂ ਧਰਮ ਦੇ ਵਿਸ਼ੇ ਵਿੱਚ ਇਤਿਹਾਸ ਵੀ ਜ਼ਰੂਰੀ ਹੈ ਗੁਰਮੰਤਰ ਦਾ ਅਭਿਆਸ ਵੀ ਜ਼ਰੂਰੀ ਹੈ ਗੁਰਬਾਣੀ ਦੀ ਵਿਚਾਰ ਵੀ ਜ਼ਰੂਰੀ ਹੈ ਚਮਤਕਾਰ ਦੀਆਂ ਕਹਾਣੀਆਂ ਵੀ ਜ਼ਰੂਰੀ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਸੋ ਬਹੁਤ-ਬਹੁਤ ਧੰਨਵਾਦ ਹੈ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਸਾਹਿਬ ਜੀ ਦਾ ਹੋਰ ਸਾਰੇ ਗੁਰਮਖ ਸਾਹਿਬਾਨਾਂ ਦਾ ਨਗਰ ਖੇੜੇ ਦੀ ਦੂਰੋਂ ਨੇੜੇੋਂ ਆਈ ਚੱਲ ਕੇ ਗੁਰੂ ਰੂਪ ਸਾਧ ਸੰਗਤ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਪਿਛਲੇ ਤਿੰਨ ਦਿਨਾਂ ਤੋਂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਲਾਹੇ ਚੱਲ ਰਹੇ ਨੇ ਸੋ ਆਪ ਜੀ ਨੂੰ ਉਹਨਾਂ ਲਸਾਨੀ ਦਿਨਾਂ ਦੀ ਸ਼ਹਾਦਤਾਂ ਨੂੰ ਯਾਦ ਕਰਦਿਆਂ ਹੋਇਆਂ ਔਰ ਇਸੇ ਤਰ੍ਹਾਂ ਆਪਾ ਗੁਰੂ ਸਾਹਿਬ ਜੀ ਦੇ ਹੁਕਮ ਦੇ ਵਿੱਚ ਚੱਲਣਾ ਹੈ ਸੋ ਆਪ ਜੀ ਦੇ ਨਾਲ ਵਚਨ ਕਰਦਿਆਂ ਅਖਰਵਾਦੇ ਕਾਟੇ ਹੋ ਗਏ ਹੋਣਗੇ ਸੰਗਤ ਅਤੇ ਗੁਰੂ ਬਖਸ਼ਣ ਜੋਗ ਨੇ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ